हुण जी विजय सिंगला दा परिवार की करूगा, उहदा परिवार की करू, इहदा परिवार की करू। तुसीं यार लोकां नूं एक जिहड़ा मौके देने सी उह मौके दिओ सानूं, तुहाडीआं गल्लां नाल तां फर्क ही नहीं पैंदा। 70% पंजाब दे रहा सारे पंजाब देश नूं खाण नूं, हुण तां बाहरों भी बाहर भी जिहड़ा जांदा उह पंजाब दा जांदा सब तों वध। जे तुसीं उही खत्म करता तां झोना तुसीं, जे कणक दी गल करां तुसीं खेतां गमलिआं च बीज लिआ करोगे। पंजाब दे विच इस टाइम जो हो रहा उहदा जिम्मेवार कौन, उहदे जिम्मेवार लोक भी ने, उहदे जिम्मेवार असीं भी हाँ, उहदे जिम्मेवार सब तों वड्डे जे कोई हैगे आ मैं समझदा उह राजनेता ने, साडियां सरकारां ने, साडी डर्टी पॉलिटिक्स। पंजाब पुलिस नूं तुहानूं पता भी किहड़े तरीके नाल वरत्या जा रहा। दूजा सानूं फ्रीडम नहीं मिलदा जिहड़े कैमरे ते असीं बोल जांदे आ कुछ भी, उह चीज़ां कट्टियां ना जा। ਇਹ ਚੀਜ਼ਾਂ ਦਾ ਅਸੈਸਮੈਂਟ ਜਿੰਨਾ ਚੱਕ ਹੁੰਦਾ ਨਹੀਂ, ਜਿੰਨਾ ਚੱਕ ਇਕੱਲਾ ਇਕੱਲਾ ਬੰਦਾ ਆਪਦੀ ਡਿਊਟੀ ਨਹੀਂ ਸਮਝਦਾ, ਉਨਾ ਚੱਕ ਮੈਨੂੰ ਨਹੀਂ ਲੱਗਦਾ ਪੰਜਾਬ ਫਿਰ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਦੀਪ ਧੀਮਾਨ ਅਤੇ ਤੁਸੀਂ ਦੇਖ ਰਹੇ ਹੋ ਵੋਇਸ ਆਫ ਪੰਜਾਬ ਟੀਵੀ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ ਖਾਸ ਪੇਸ਼ਕਸ਼ ਹੌਟ ਲਾਈਨਸ ਦੇ ਵਿੱਚ। ਪੰਜਾਬ ਦੇ ਵਿੱਚ ਪੰਜਾਬ ਦੀ ਆਵਾਮ ਵੱਲੋਂ ਹੀ ਪੰਜਾਬ ਦੀ ਸਰਕਾਰ ਚੁਣੀ ਗਈ। ਸਰਕਾਰ ਵਿੱਚ ਆਉਣ ਤੋਂ ਪਹਿਲਾਂ ਇਸ ਪਾਰਟੀ ਦਾ ਦਾਅਵਾ ਸੀ ਕਿ ਕਰਪਸ਼ਨ ਬਿਲਕੁਲ ਪੰਜਾਬ ਦੇ ਵਿੱਚ ਨਹੀਂ ਹੋਵੇਗੀ, ਪਰ ਖੁਦ ਦਾ ਹੀ ਇੱਕ ਮੰਤਰੀ ਕਰਪਟ ਨਿਕਲਦਾ ਹੈ, ਜਿਸ ਤੋਂ ਬਾਅਦ ਹੁਣ ਆਮ ਲੋਕਾਂ ਦੇ ਕੀ ਵਿਚਾਰ ਨੇ, ਆਮ ਆਵਾਮ 'ਤੇ ਇਸ ਘਟਨਾ ਦਾ ਕੀ ਪ੍ਰਭਾਵ ਪਿਆ ਹੈ, ਇਹ ਜ਼ਰੂਰ ਡਿਸਕਸ ਕਰਨ ਵਾਲਾ ਬਣਦਾ ਹੈ। ਤਾਂ ਸਾਡੇ ਨਾਲ ਇਸ ਮਾਮਲੇ 'ਤੇ ਡਿਸਕਸ ਕਰਨ ਦੇ ਲਈ ਸਟੂਡੀਓ ਵਿੱਚ ਮੌਜੂਦ ਨੇ ਗੁਰਸਿਮਰਨ ਬੁੱਟਰ ਜੀ, ਜੋ ਕਿ ਕਿਸਾਨ ਅੰਦੋਲਨ ਦੇ ਵਿੱਚ ਵੀ ਆਪਣੀ ਕਾਫੀ ਜ਼ਿਆਦਾ ਸੇਵਾ ਨਿਭਾ ਚੁੱਕੇ ਨੇ। ਤਾਂ ਗੁਰਸਿਮਰਨ ਜੀ, ਸਵਾਗਤ ਕਰਦੇ ਆ ਤੁਹਾਡਾ। ਬਹੁਤ ਬਹੁਤ ਧੰਨਵਾਦ ਬਾਈ ਜੀ। ਗੁਰਸਿਮਰਨ ਜੀ, ਜਿਵੇਂ ਕਿ ਗੱਲ ਕਰੀਏ ਪੰਜਾਬ ਦੇ ਵਿੱਚ, ਪੰਜਾਬ ਦੀ ਸਰਕਾਰ ਇੱਕ ਵੱਡਾ ਕਹਿ ਸਕਦੇ ਹਾਂ ਕਿ ਸਟੈਂਪ ਲਾ ਚੁੱਕੀ ਆ ਕਿ ਪੰਜਾਬ ਦੇ ਵਿੱਚ ਅਜਿਹੀ ਸਰਕਾਰ ਨਹੀਂ ਕਦੇ ਬਣੀ ਜਿਹਦੇ ਵਿੱਚ ਲੋਕਾਂ ਦਾ, ਜਿਹਨੂੰ ਇੰਨਾ ਜ਼ਿਆਦਾ ਬਹੁਮਤ ਮਿਲਿਆ ਹੋਵੇ, 92 ਸੀਟਾਂ ਮਿਲੀਆਂ, ਉਸ ਦੇ ਬਾਵਜੂਦ ਕਰਪਸ਼ਨ ਮਿਟਾਉਣ ਦਾ ਦਾਅਵਾ ਕਰਨ ਵਾਲੀ ਸਰਕਾਰ, ਨੰਬਰ ਜਾਰੀ ਕਰਨ ਵਾਲੀ ਸਰਕਾਰ ਦਾ ਹੀ ਇੱਕ ਕੈਬਨਿਟ ਮਿਨਿਸਟਰ ਜੋ ਹੈ ਉਹ ਨਿਕਲ ਆਉਂਦਾ ਹੈ ਕਿ ਕਰਪਸ਼ਨ ਕਰਦਾ ਹੈ ਅਤੇ ਕਰੋੜਾਂ ਰੁਪਏ ਮੰਗਦਾ ਹੈ, ਚਾਹੇ ਕੁਝ ਪਰਸੈਂਟ ਦੇ ਰੂਪ 'ਚ ਮੰਗਦਾ ਹੈ, ਪਰ ਹੇਰਾ ਫੇਰੀ ਤਾਂ ਹੋ ਰਹੀ ਹੈ। ਤਾਂ ਇਸ ਪੂਰੇ ਮਾਮਲੇ ਦੇ ਜੋ ਸਾਹਮਣੇ ਆਉਣ ਤੋਂ ਬਾਅਦ ਖੁਦ ਮੁੱਖ ਮੰਤਰੀ ਨੂੰ ਵੀ ਜੋ ਐਲਾਨ ਕਰ ਦੇਣਾ ਪਿਆ ਕਿ ਹਾਂ ਅਸੀਂ ਇਸ ਬੰਦੇ ਨੂੰ ਜਾਂ ਇਸ ਮੰਤਰੀ ਨੂੰ ਅਸੀਂ ਮੰਤਰੀ ਮੰਡਲ 'ਚੋਂ ਬਾਹਰ ਕੱਢਦੇ ਹਾਂ ਔਰ ਇਹਦੇ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਪਰ ਆਮ ਲੋਕਾਂ ਦੀ ਹੁਣ ਪਾਰਟੀ ਪ੍ਰਤੀ ਕੀ ਸੋਚ ਬਣੀ ਹੈ, ਸਰਕਾਰ ਪ੍ਰਤੀ ਕੀ ਸੋਚ ਬਣੀ ਹੈ? ਆਪਾਂ ਪਹਿਲ ਤੋਂ ਲਈਏ ਤਾਂ ਜੀ ਬਾਈ, ਜਦੋਂ ਸਰਕਾਰ ਬਣਦੀ ਹਜੇ ਰੇਸ ਚੱਲਦੀ ਪਈ ਸੀ, ਉਦੋਂ ਬੜੇ ਬੜੇ ਵਾਅਦੇ ਹੋਏ। ਉਹ ਵਾਅਦਿਆਂ ਦੇ ਵਿੱਚ ਸਾਰਿਆਂ ਨੂੰ ਲੱਗਿਆ ਵੀ ਪੰਜਾਬ ਹੁਣ ਬਦਲ ਸਕਦਾ, ਕਿਉਂਕਿ ਮੈਂ ਤੁਹਾਨੂੰ ਆਪਾਂ ਆਫ ਕੈਮਰਾ ਵੀ ਪਹਿਲਾਂ ਗੱਲ ਕਰਦੇ ਪਏ ਸੀ ਕਿ ਜਿਹੜੇ ਇਹ ਲਾਈਨ ਆ ਸਾਰੀ ਮੰਤਰੀ ਮੰਡਲ ਦੀ, ਸਾਰੇ ਲੋਕਾਂ ਨੇ ਸੋਚਿਆ ਸੀ ਵੀ ਯਾਰ ਪਿੰਜਰੇ ਦੇ ਵਿੱਚ ਬਹੁਤ ਟਾਈਮ ਦੇ ਬੰਦ ਆ, ਪਿੰਜਰੇ 'ਚੋਂ ਆਜ਼ਾਦ ਹੋਣਾ ਪਊਗਾ, ਉਹ ਦੋ ਰਾਜਸੀ ਪਾਰਟੀਆਂ ਤੋਂ ਸਾਨੂੰ ਪਾਸੇ ਹੋ ਕੇ ਤੀਜਾ ਬਦਲ ਦੇਖਣਾ ਪਊਗਾ। ਸ਼ਾਇਦ ਉਹ ਤੀਜਾ ਬਦਲ ਤਾਂ ਦੇਖਣਾ ਪਿਆ ਕਿਉਂਕਿ ਸਾਨੂੰ ਦਿੱਲੀ ਦੇ ਬਾਰਡਰਾਂ 'ਤੇ ਬੈਠਿਆਂ ਨੂੰ ਬਹੁਤ ਟਾਈਮ ਹੋ ਗਿਆ ਸੀ। ਉਹ ਇੱਕ ਕਲਾਸ ਚੱਲੀ, ਕਲਾਸ ਨੇ ਲੋਕ ਇਹੋ ਜਿਹੇ ਸਿਆਣੇ ਕੀਤੇ, ਲੋਕਾਂ ਨੇ ਬਦਲ ਚਾਹਿਆ। ਬਦਲ ਦੇ ਲਈ ਕੋਈ ਤੀਜੀ ਧਿਰ ਨਹੀਂ ਹੈਗੀ ਸੀ, ਆਮ ਆਦਮੀ ਪਾਰਟੀ ਹੀ ਚੁਆਇਸ ਸੀ ਉਹਨਾਂ ਕੋਲ, ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਫਤਵਾ ਦਿੱਤਾ। ਗੱਲਾਂ ਚੱਲਦੀਆਂ, ਜਦੋਂ ਸਹੁੰ ਚੁੱਕ ਸਮਾਗਮ ਹੁੰਦਾ ਉਹ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ, ਅਤੇ ਲੱਗਦਾ ਸੀ ਬੜਾ, ਲੱਗਦਾ ਵੀ ਹੈ ਸ਼ਾਇਦ ਕਿਤੇ ਨਾ ਕਿਤੇ ਮਨ 'ਚ ਹਜੇ ਵੀ ਹੈਗਾ ਵੀ ਯਾਰ ਸ਼ਾਇਦ ਉਹਨਾਂ ਵਰਗਾ 1-2% ਰਾਜ ਆ ਜੇ। ਪਰ ਜਿੱਦਾਂ ਇਹ ਗੱਲ ਨਿਕਲੀ ਕਿ ਮੰਤਰੀ ਇਹਨਾਂ ਦਾ ਚੋਰ ਨਿਕਲਿਆ, ਦੋ ਹੋਰ ਰਡਾਰ 'ਤੇ ਨੇ, ਤਾਂ ਮੈਨੂੰ ਲੱਗਦਾ ਵੀ ਚੋਰਾਂ ਨਾਲ ਤਾਂ ਕੁੱਤੀ ਜ਼ਰੂਰ ਰਲੀ ਹੋਊ। ਇਹ ਇੱਕ ਬੰਦੇ ਦਾ ਤਾਂ ਕੰਮ ਨਹੀਂ, ਇਹਦੇ ਪਿੱਛੇ ਇੱਕ ਗਰੁੱਪ ਹੋਊਗਾ, ਗਰੁੱਪ ਆਫ ਪੀਪਲ ਹੋਣਗੇ, ਉਹਨੂੰ ਚੱਕ ਕੇ ਤੁਸੀਂ ਦੇਤਾ, ਠੀਕ ਆ ਮੰਨਦੇ ਹਾਂ। ਉਹਦੀ ਜਿਹੜੀ ਇਨਵੈਸਟੀਗੇਸ਼ਨ ਆ, ਸਾਨੂੰ ਕੀ ਪਤਾ ਵੀ ਉਹ ਤੁਸੀਂ ਕਿਵੇਂ ਕਰ ਰਹੇ ਹੋ, ਕੀ ਉਹਦਾ ਤੁਸੀਂ ਬਾਹਰ ਸਾਡੇ ਅੱਗੇ ਉਹਦੀ ਪੁਖਤਾ ਸਬੂਤ ਰੱਖੋਗੇ? ਅੱਜ ਤੱਕ ਤਾਂ ਪੰਜਾਬ 'ਚ ਹੁੰਦਾ ਹੀ ਆਇਆ ਕਿ ਮੰਤਰੀ ਫੜ ਲੈਂਦੇ ਆ, ਜੇਲ੍ਹ 'ਚ ਜਾਂਦਾ ਮੰਤਰੀ, ਜੇਲ੍ਹ ਤੋਂ ਬਾਹਰ ਬਾਅਦ ਆ ਜਾਂਦਾ, ਫਿਰ ਇਲੈਕਸ਼ਨ ਹੁੰਦੀ ਆ। ਮਾਫ ਕਰਨਾ, ਗੱਲ ਵਿੱਚ ਕੱਟ ਰਿਹਾ, ਜਾਂਦੇ ਜਾਂਦੇ ਇਹ ਵੀ ਕਹਿ ਗਏ ਨੇ ਕਿ ਇਹ ਸਾਜਿਸ਼ ਹੈ, ਇਹ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ। ਤਾਂ ਫਿਰ ਪਾਰਟੀ ਪ੍ਰਤੀ ਵਫਾਦਾਰੀ ਤਾਂ ਜ਼ਰੂਰ ਦਿਖਾ ਗਏ ਨੇ, ਪਾਰਟੀ ਕੀ ਕਰੇਗੀ ਇਹ ਦੇਖਣ ਵਾਲਾ ਹੋਵੇਗਾ, ਕੀ ਲੱਗਦਾ? ਇਹ ਤਾਂ ਜੀ ਵੇਖੋ, ਬੰਦੇ ਦਾ ਨਾ ਇੱਕ ਅਤੀਤ ਬਣਿਆ ਹੁੰਦਾ, ਜਦੋਂ ਕਿਸੇ 'ਤੇ ਕੋਈ ਉਂਗਲ ਉਠਾਓ ਨਾ ਤਾਂ ਉਹ ਫਿਰ ਸਾਰਾ ਹੱਥ ਉੱਧਰ ਨੂੰ ਕਰ ਦਿੰਦਾ ਹੁੰਦਾ ਵੀ ਨਹੀਂ ਯਾਰ ਮੈਂ ਤਾਂ ਉਹਨਾਂ ਦਾ ਸੀ, ਉਹਨਾਂ ਨੂੰ ਪੁੱਛੋ ਕੀ ਚੱਕਰ ਕੀ ਹੈ। ਮੇਨ ਚੱਕਰ ਇਹ ਆ ਕਿ ਜਦੋਂ ਉਹ ਬੰਦਾ ਫੜਿਆ ਜਾਂਦਾ, ਪਾਰਟੀ ਦੇ ਨਾਲ ਤਾਂ ਸੰਬੰਧ ਹੈਗਾ ਹੀ ਆ ਉਹਦਾ, ਪਾਰਟੀ ਨੇ ਤਾਂ ਹਜੇ ਉਹਨੂੰ ਫਾਰ ਆਊਟ ਨਹੀਂ ਕੀਤਾ, ਬੇਸ਼ੱਕ ਦੀ ਭਗਵੰਤ ਮਾਨ ਕਹਿ ਦੇ ਮੈਂ ਉਹਨੂੰ ਉਹਦੇ 'ਚੋਂ ਕੱਢਤਾ ਮੰਤਰੀ ਮੰਡਲ 'ਚੋਂ, ਪਰ ਹੈ ਤਾਂ ਤੁਹਾਡੀ ਪਾਰਟੀ ਦੇ ਹੀ, ਹੈ ਤਾਂ ਤੁਹਾਡੀ ਪਾਰਟੀ ਨਾਲ ਹੀ ਸੰਬੰਧਿਤ, ਉਹਨੂੰ ਪਾਰਟੀ 'ਚੋਂ ਕੱਢੋ।
ਮੇਨ ਗੱਲ ਆ ਜਿਹੜੀ ਉਹ ਪਾਰਟੀ 'ਤੇ ਹੱਥ ਇਸ ਕਰਕੇ ਰੱਖਦਾ ਵੀ ਸ਼ਾਇਦ ਦੂਜੇ ਕਰ ਰਹੇ ਆ, ਹੁਣ ਤਾਂ ਪਾਰਟੀ ਤੁਹਾਡੀ ਆ, ਸਰਕਾਰ ਤੁਹਾਡੀ ਆ, ਦੂਜਾ ਕੌਣ ਕਰਨ ਵਾਲਾ, ਤੁਸੀਂ ਆਪੇ ਕਰਨ ਵਾਲੇ ਹੋ, ਆਪੇ ਸਾਰਾ ਕੁਛ ਕਰਨਾ। ਠੀਕ ਆ, ਬਚਣ ਲਈ ਕੁਛ ਵੀ ਕਹਿ ਸਕਦਾ ਬੰਦਾ, ਪਰ ਇਹਦੇ ਪਿੱਛੇ ਬਹੁਤ ਕੁਛ ਲੁਕਿਆ ਹੋਇਆ। ਇੱਕ ਬੰਦੇ ਦਾ ਕੰਮ ਨਹੀਂ ਆ, ਮੈਂ ਫਿਰ ਕਹਿਣਾ, ਮੰਤਰੀ ਸੀ, MLA ਨਹੀਂ ਸੀ ਜਿਹੜਾ ਇਕੱਲਾ ਹੋ ਸਕਦਾ, ਉਹ ਵੀ ਕੈਬਨਿਟ ਮਿਨਿਸਟਰ, ਉਹ ਵੀ ਪਹਿਲੇ ਦਸਾਂ ਦੇ ਵਿੱਚ ਨਾਮ ਆਉਣਾ, ਬਹੁਤ ਵੱਡੀ ਸਿਹਤ ਡਿਪਾਰਟਮੈਂਟ ਜਿਹੜਾ ਸਿਹਤ ਮੰਡਲ ਸਾਡਾ ਪਹਿਲਾਂ ਹੀ ਪੰਜਾਬ ਦਾ, ਸਿਹਤ ਵੀ ਵਿਗੜੀ ਪਈ ਆ, ਲੋਕਾਂ ਦੀ ਸਿਹਤ ਤਾਂ ਵਿਗੜਨੀ ਵਿਗੜਨੀ, ਸਰਕਾਰ ਦੀ ਵੀ ਸਿਹਤ ਵਿਗੜ ਗਈ, ਹੁਣ ਤਾਂ ਮੰਤਰੀ ਨਹੀਂ ਹੈਗਾ। ਹੁਣ ਕਹਿੰਦੇ ਆ ਭਗਵੰਤ ਮਾਨ ਨੇ ਆਪ ਲਏ, ਤਾਂ ਦੇਖਦੇ ਹਾਂ ਕੀ ਕਰਦੇ ਆ। ਇਹਨਾਂ ਨੇ ਇੱਕ ਬੰਦੇ ਦੇ ਪਿੱਛੇ, ਇੱਕ ਪਾਰਟੀ ਦੇ ਪਿੱਛੇ ਖੜ੍ਹੇ ਕਰਨ 'ਚ ਇੱਕ ਕੈਡਰ ਹੁੰਦਾ, ਇੱਕ ਬੰਦੇ ਨੂੰ ਖੜ੍ਹੇ ਕਰਨ ਪਿੱਛੇ ਉਹੀ ਕੈਡਰ ਉਹਦੇ ਪਿੱਛੇ ਹੁੰਦਾ। ਮੈਨੂੰ ਹੁਣ ਇਹ ਆ ਵੀ ਕਾਂ ਆਮ ਆਦਮੀ ਪਾਰਟੀ ਨੇ ਕਹਿ ਤਾਂ ਦਿੱਤਾ ਸੀ ਉਹਨੂੰ ਕੱਢਤਾ, ਪਰ ਉਹਦੇ ਪਿੱਛੇ ਵੀ ਤਾਂ ਕੈਡਰ ਸੀਗਾ, ਉਹਦੇ ਲੋਕ ਕਹਿੰਦੇ ਆ ਤਾਂ ਸਿਆਣਾ ਹੀ ਬਹੁਤ ਸੀ ਜੀ। ਕੀ ਉਹ ਟੁੱਟਣਗੇ ਨਹੀਂ ਹੁਣ? ਬਿਲਕੁਲ, ਮੈਂ ਜਿਹੜੀ ਜਿੱਥੋਂ ਤੱਕ ਮੈਂ ਅਸੈਸਮੈਂਟ ਲਾਈ ਆ, ਜਿੱਥੋਂ ਤੱਕ ਵੱਡੇ ਵੱਡੇ ਦਿੱਗਜ ਲਾ ਰਹੇ ਆ ਅਸੈਸਮੈਂਟ, ਇਹ ਆ ਵੀ ਪਾਰਟੀ ਸ਼ਾਇਦ ਦੋ ਫਾੜ ਨਾ ਹੋ ਜਾਵੇ, ਇਹ ਵੀ ਆ ਵੀ ਪਾਰਟੀ ਦੇ ਵਿੱਚ ਹੁਣ ਅੱਗੇ ਕੀ ਹੋਊਗਾ। ਸਾਨੂੰ ਤਾਂ ਬਸ ਕੰਮ ਕਰਨ ਦਾ ਕਿਸੇ ਨੂੰ ਤੱਕ ਮਤਲਬ ਨਹੀਂ, ਕਿਸੇ ਨੂੰ ਜੋਬਾਂ ਦੇਣ ਤੱਕ ਤਾਂ ਕੋਈ ਨਹੀਂ, ਹੁਣ ਫੇਰ ਰਲਝਾ ਲਏ ਲੋਕ। ਹਾਂ, ਪਾਰਟੀ ਦੇ ਵਿੱਚ ਕੀ ਹੋਊਗਾ, ਕਿਵੇਂ ਹੋਊਗਾ, ਰੋਜ਼ਾਨਾ ਤੜਕੇ ਫੋਨ ਚੱਕ ਲੈਂਦੇ ਲੋਕ, ਇਹੀ ਸਰਚ ਹੁੰਦਾ ਵੀ ਭਗਵੰਤ ਮਾਨ ਨੇ ਕੀ ਕਰਤਾ, ਹੁਣ ਜੀ ਵਿਜੇ ਸਿੰਗਲਾ ਦਾ ਪਰਿਵਾਰ ਕੀ ਕਰੂਗਾ, ਉਹਦਾ ਪਰਿਵਾਰ ਕੀ ਕਰੂ, ਇਹਦਾ ਪਰਿਵਾਰ ਕੀ ਕਰੂ। ਤੁਸੀਂ ਯਾਰ ਲੋਕਾਂ ਨੂੰ ਇੱਕ ਜਿਹੜਾ ਮੌਕੇ ਦੇਣੇ ਸੀ ਉਹ ਮੌਕੇ ਦਿਓ, ਸਾਨੂੰ ਤੁਹਾਡੀਆਂ ਗੱਲਾਂ ਨਾਲ ਤਾਂ ਫਰਕ ਹੀ ਨਹੀਂ ਪੈਂਦਾ, ਤੁਸੀਂ ਚਲੇ ਚਾਹੇ ਸਾਰੇ ਮੰਤਰੀ ਦੇ ਦਿਉ, ਅੱਜ ਦੇ ਅੰਦਰ ਕੋਈ ਫਰਕ ਨਹੀਂ। ਠੀਕ ਆ, ਤੂੰ ਸੱਚਾ, ਇਕੱਲਾ ਸੱਚੇ ਨਾਲ ਨਹੀਂ ਨਾ ਕੁਛ ਹੁੰਦਾ, ਤੁਹਾਨੂੰ ਇੱਕ ਜਿਹੜਾ ਕੈਡਰ ਆ ਉਹ ਕੈਡਰ ਨੂੰ ਵੀ ਸਿਆਣਾ ਕਰਨਾ ਪਊ, ਕੈਡਰ ਦੇ ਨਾਲ ਨਾਲ ਜਿਹੜਾ ਕੈਡਰ ਦੇ ਨਾਲ ਲੋਕ ਜੁੜੇ ਨੇ 1-2% ਮੇਰੇ ਵਰਗੇ, ਉਹਨਾਂ ਨੂੰ ਵੀ ਦੱਸਣਾ ਪਊ ਵੀ ਭਾਈ ਤੂੰ ਬੋਲਤਾ ਕੈਮਰੇ 'ਤੇ, ਆ ਜਾ ਤੈਨੂੰ ਦੱਸੀਏ ਆਹ ਗੱਲਾਂ ਆਏ ਸੀ। ਉਹ ਚੀਜ਼ਾਂ ਦਾ ਜਿੰਨਾ ਚਿਕ ਸਾਡੇ ਕੋਲ ਸਾਨੂੰ ਫਰੀਡਮ ਨਹੀਂ ਮਿਲਦਾ, ਮੈਂ ਦੁਬਾਰਾ ਫੇਰ ਗੱਲ ਕਰਦਾ, ਜਿੰਨਾ ਚਿਕ ਸਾਨੂੰ ਫਰੀਡਮ ਨਹੀਂ ਮਿਲਦਾ, ਫਰੀਡਮ ਕਾਹਦੇ 'ਚ, ਪੰਜਾਬ ਪੁਲਿਸ ਨੂੰ, ਤੁਹਾਨੂੰ ਪਤਾ ਵੀ ਕਿਹੜੇ ਤਰੀਕਿਆਂ ਨਾਲ ਵਰਤਿਆ ਜਾ ਰਿਹਾ। ਦੂਜਾ, ਸਾਨੂੰ ਫਰੀਡਮ ਨਹੀਂ ਮਿਲਦਾ ਜਿਹੜੇ ਕੈਮਰੇ 'ਤੇ ਅਸੀਂ ਬੋਲ ਜਾਂਦੇ ਹਾਂ ਕੁਛ ਵੀ, ਉਹ ਚੀਜ਼ਾਂ ਕੱਟੀਆਂ ਨਾ ਜਾਣ। ਇਹ ਚੀਜ਼ਾਂ ਦਾ ਅਸੈਸਮੈਂਟ ਜਿੰਨਾ ਚਿੱਕ ਹੁੰਦਾ ਨਹੀਂ, ਜਿੰਨਾ ਚਿੱਕ ਇਕੱਲਾ ਇਕੱਲਾ ਬੰਦਾ ਆਪਦੀ ਡਿਊਟੀ ਨਹੀਂ ਸਮਝਦਾ, ਉਨਾ ਚਿੱਕ ਮੈਨੂੰ ਨਹੀਂ ਲੱਗਦਾ ਪੰਜਾਬ ਫਿਰ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ ਹੋਊਗਾ ਜੀ। ਅੱਛਾ, ਇੱਕ ਹੋਰ ਐਲਾਨ, ਜਿਵੇਂ ਤੁਸੀਂ ਕਹਿੰਦੇ ਹੋ ਕਿ ਰੋਜ਼ਾਨਾ ਕੋਈ ਨਾ ਕੋਈ ਐਲਾਨ ਹੁੰਦਾ ਹੈ, ਪਰਸੋਂ ਇੱਕ ਐਲਾਨ ਹੋਇਆ ਕਿ ਰਜਿਸਟਰੀਆਂ ਜੋ ਨੇ ਉਹ ਸਾਰਾ ਕੁਛ ਹੁਣ ਔਨਲਾਈਨ ਹੋਏਗਾ। ਕੱਲ੍ਹ ਐਲਾਨ ਹੁੰਦਾ ਹੈ ਕਿ ਕਾਗਜ਼ ਬਚਾਉਣ ਦੇ ਲਈ ਜ਼ਿਆਦਾਤਰ ਜੋ ਦਫ਼ਤਰੀ ਕਾਰਵਾਈਆਂ ਹੋਣਗੀਆਂ ਉਹ ਔਨਲਾਈਨ ਹੋਣਗੀਆਂ, ਈ ਗਵਰਨੈਂਸ ਜਿਹਨੂੰ ਕਹਿੰਦੇ ਆ, ਕਿ ਉਹਦੇ ਵੱਲ ਵਧੇਗੀ ਸਰਕਾਰ। ਇੱਕ ਐਲਾਨ ਹੋਰ ਹੋਇਆ ਸੀਗਾ ਕਿ ਹੁਣ ਜਿੰਨੀਆਂ ਵੀ ਸਰਕਾਰੀ ਨੌਕਰੀਆਂ ਹੋਣਗੀਆਂ ਉਹਦੇ ਵਿੱਚ ਪੰਜਾਬੀ ਭਾਸ਼ਾ ਦਾ ਵੱਖਰਾ ਟੈਸਟ ਹੋਏਗਾ। ਇਸ ਫੈਸਲੇ ਨੂੰ ਕਿਸ ਪ੍ਰਕਾਰ ਦੇਖਦੇ ਹੋ, ਔਰ ਕੀ ਇਹ ਟੈਸਟ ਪੰਜਾਬੀਅਤ ਨੂੰ, ਪੰਜਾਬੀ ਨੂੰ, ਪੰਜਾਬੀ ਭਾਸ਼ਾ ਨੂੰ ਬਚਾਉਣ ਦੇ ਲਈ ਕਾਫੀ ਹੈ ਇਹ ਕੋਸ਼ਿਸ਼ ਹੈ ਜੋ? ਮੈਨੂੰ ਨਹੀਂ ਲੱਗਦਾ ਵੀ ਇਹ ਇਕੱਲੀ ਕੋਸ਼ਿਸ਼ ਕਾਫੀ ਆ, ਮੈਂ ਚੈਲੇਂਜ ਕਰਦਾ, ਚੈਲੇਂਜ ਤਾਂ ਨਹੀਂ, ਮੈਂ ਇਹ ਸਵਾਲ ਹੀ ਪੁੱਛਦਾ। ਬਿਨਾਂ ਕੁਛ ਦੇਰੀ ਲਾਏ ਤੋਂ ਜਦੋਂ ਇੰਟਰਵਿਊ ਜਦੋਂ ਦੇਖੀ, ਨਾਲ ਦੀ ਨਾਲ ਊੜੇ ਤੋਂ ਲੈ ਕੇ ਡਾੜੇ ਤੱਕ ਇਹ ਸੁਣਾ ਦੇਣ, ਜਿੰਨੇ ਮੰਤਰੀ ਨੇ, ਜਿੰਨੇ ਅਫਸਰ ਨੇ, ਇਹਨਾਂ ਨੇ, ਚਲੋ ਬਹੁਤ ਵਧੀਆ ਕਦਮ ਆ, ਮੈਂ ਜਿਹੜੇ ਕਦਮ ਇਹਨਾਂ ਨੇ ਸਹੀ ਆ ਅਸੀਂ ਉਹਨਾਂ ਦੀ ਸ਼ਲਾਘਾ ਵੀ ਕਰਦੇ ਹਾਂ, ਸਾਡਾ ਕਿਸੇ ਪਾਰਟੀ ਨਾਲ ਲੈਣ ਦੇਣ ਨਹੀਂ, ਅਸੀਂ ਆਮ ਇਨਸਾਨ ਆ, ਆਮ ਅੰਗਰ ਰਹਿਣਾ, ਆਮ ਲੋਕਾਂ ਦੀ ਗੱਲ ਆ ਸਾਡੇ ਕੋਲ। ਕੀ ਗੱਲ ਆ, ਦੇਖੋ ਤੁਸੀਂ ਪੰਜਾਬੀ ਨੂੰ ਬੜਾਵਾ ਦਿੱਤਾ, ਮੰਨਦੇ ਹਾਂ ਪੰਜਾਬੀ ਨੂੰ ਬੜਾਵਾ, ਬਹੁਤ ਸੋਹਣਾ ਸਟੈਪ ਆ, ਮੈਂ ਮੰਨਦਾ ਇਹ ਹੋਣਾ ਚਾਹੀਦਾ ਸੀ, ਇਹ ਅੱਜ ਤੋਂ ਪਹਿਲਾਂ ਹੋਣਾ ਚਾਹੀਦਾ ਸੀ, ਚਲੋ ਇਹ ਚੱਕਿਆ, ਬਹੁਤ ਵਧੀਆ ਗੱਲ ਆ, ਸਾਡੀ ਪੰਜਾਬੀਅਤ ਬਚੀ ਆ। ਦੂਜਾ ਸਟੈਪ, ਈ ਗਵਰਨੈਂਸ ਦੀ ਤੁਸੀਂ ਗੱਲ ਕੀਤੀ ਆ, ਬਾਈ ਜੀ ਪੰਜਾਬ ਦੇ ਵਿੱਚ ਰੇਸ਼ੋ ਕੀ ਆ ਪੜ੍ਹਾਈ ਦੀ, ਪੜ੍ਹੇ ਲਿਖੇ ਕਿੰਨੇ ਕੁ ਨੇ, ਇਹ ਦੇਖਣ ਵਾਲਾ ਸਵਾਲ ਆ ਨਾ। ਮੇਰੇ ਵਰਗਾ ਬੰਦਾ ਆਮ, ਚਲੋ ਫੋਨ ਚੱਕ ਲੂ, ਫੋਨ 'ਤੇ ਪਤਾ ਲੱਗ ਜੂ ਈ ਗਵਰਨੈਂਸ ਚੱਲੀ ਹੋਈ ਆ, ਅਸੀਂ ਤਾਂ ਜੀ ਸਾਡੇ ਕੋਲ ਰਿਕਾਰਡ ਜਿਹੜਾ ਸੌਫਟ ਕਾਪੀਆਂ ਨੇ, ਮੇਰੇ ਬਾਪੂ ਨੇ, ਮੇਰੇ ਦਾਦੇ ਹੋਰੀ ਨੇ, ਮੇਰੇ ਡੈਡੀ ਨੇ, ਮੇਰੇ ਮਾਤਾ ਨੇ, ਬਥੇਰੇ ਨੇ ਜਿਹੜੇ ਅਨਪੜ੍ਹ ਨੇ ਬਾਈ, ਜਿਨ੍ਹਾਂ ਕੋਲ ਫੋਨ ਵੀ ਵੱਡੇ ਨਹੀਂ, ਅਤੇ ਉਹ ਈ ਗਵਰਨੈਂਸ ਦਾ ਕੀ ਕਰਨਗੇ, ਫਰਦਾਂ ਕਿਵੇਂ ਕੱਢੀਆਂ ਜਾਣ, ਫਰਦਾਂ ਕਿਵੇਂ ਕੱਢੀਆਂ ਜਾਣ, ਉਹਨਾਂ ਨੂੰ ਕੀ ਪਤਾ ਤੁਸੀਂ ਸਹੀ ਕਰ ਰਹੇ ਹੋ। ਤੁਸੀਂ ਬਾਈ ਜੀ ਪਿੰਡਾਂ ਦੇ ਵਿੱਚ ਫੋਨ ਲੈ ਕੇ ਚਲੇ ਜਾਇਓ, ਮੈਂ ਬੜੀ ਹਾਸੋਹੀਣੀ ਗੱਲ ਆ, ਮੈਂ ਕਈ ਵਾਰੀ ਅੰਦੋਲਨ 'ਚ ਦਿਖਾਉਂਦਾ ਹੁੰਦਾ ਸੀ, ਮੰਮੀ ਆਹ ਦੇਖੀ ਆਹ ਨਾ ਫਲਾਨਾ ਮੰਤਰੀ ਬੋਲ ਰਿਹਾ, ਮੰਮੀ ਆਹ ਦੇਖੀ ਅੱਜ ਆ ਫਲਾਨਾ ਮੰਤਰੀ ਫੜ ਲਿਆ, ਉਹ ਕਹਿੰਦੀ ਸੀ ਤਾਂ ਝੂਠ, ਫੋਨ ਤਾਂ ਹੈ ਹੀ ਝੂਠ, ਤੁਸੀਂ ਉਹਨੂੰ ਸੱਚ ਕਿਵੇਂ ਬਣਾਓਗੇ, ਈ ਗਵਰਨੈਂਸ ਨੂੰ ਸੱਚ ਕਿਵੇਂ ਬਣਾਓਗੇ, ਬਾਈ ਚਾਂਸ ਸਾਡੇ 'ਚ ਘਪਲੇ ਹੁੰਦੇ ਆ, ਉਹਨਾਂ ਨੂੰ ਕਿਵੇਂ ਸਹੀ ਕਰੋਗੇ। ਹੁਣ ਤਾਂ ਕਾਗਜ਼ੀ ਕਾਰਵਾਈਆਂ ਨਹੀਂ ਪੂਰੀਆਂ ਹੋ ਰਹੀਆਂ, ਜਦੋਂ ਈ ਗਵਰਨੈਂਸ ਚੱਲ ਪਈ, ਤੁਸੀਂ ਕਿਸੇ ਦੀ ਮਰਜ਼ੀ ਫਰਦ ਕਢਵਾ ਕੇ ਕੋਈ ਮਰਜ਼ੀ ਕੁਛ ਕਰੀ ਚੱਲੇ, ਉਹਦੇ ਲਈ ਕੀ ਹੈ, ਸਾਨੂੰ ਉਹ ਚੀਜ਼ਾਂ ਦੀ ਸਿਕਿਉਰਿਟੀ ਸਾਡੇ ਲਈ ਸੇਫ, ਸੇਫਟੀ ਅਤੇ ਸਿਕਿਉਰਿਟੀ ਸਾਡੇ ਲਈ ਸਭ ਤੋਂ ਪਹਿਲਾਂ, ਅਤੇ ਸਿਕਿਉਰਿਟੀ ਦੇ ਨਾਲ ਨਾਲ ਸਾਨੂੰ ਉਹ ਆਮ ਵਰਗ ਜਿਹੜਾ ਅਨਪੜ੍ਹ ਆ, ਜਿਹੜਾ ਛੋਟਾ,
60-70% ਸਾਡੇ ਕੋਲੇ ਪਾਪੂਲੇਸ਼ਨ ਇਹ ਜੀ ਆ ਜਿਹੜੀ ਮਿਡਲ ਫੈਮਿਲੀ ਤੋਂ ਵੀ ਥੱਲੇ ਰਹਿੰਦੀ ਆ, ਮਿਡਲ ਪਰਿਵਾਰਾਂ ਤੋਂ ਵੀ ਥੱਲੇ ਰਹਿੰਦੀ ਆ, ਤੇ ਉਹਨਾਂ ਨੂੰ ਤੁਸੀਂ ਕਿਵੇਂ ਇਹ ਚੀਜ਼ਾਂ ਦੇ ਫਾਇਦੇ ਦਿਓਗੇ? ਉਹ ਚੀਜ਼ਾਂ ਦੇ ਧਿਆਨ 'ਚ ਰੱਖਦੇ ਹੋਏ ਪਹਿਲਾ ਫੈਸਲਾ ਮੈਂ ਸਵਾਗਤ ਕਰਦਾ ਜਿਹੜਾ ਇਹਨਾਂ ਨੇ ਕਿਹਾ ਵੀ ਪੰਜਾਬੀ ਮਾਂ ਬੋਲੀ ਦੀ ਜਿਹੜੇ ਟੈਸਟ ਹੋਣਗੇ। ਆਹ ਗੱਲ ਤਾਂ ਹੋਈ ਨਾ ਸਵਾਦ ਵਾਲੀ, ਦੂਜੀ ਗੱਲ ਕਿਵੇਂ ਸਵਾਦ ਵਾਲੀ ਬਣਾਉਣਗੇ ਉਹ ਦੇਖਣ ਵਾਲੀ ਹੈ। ਅਤੇ ਗੱਲ ਕਰ ਲੈਂਦੇ ਹਾਂ ਹੁਣ ਪੰਜਾਬ ਦੇ ਪਾਣੀਆਂ ਦੀ। ਤੁਸੀਂ ਕਿਸਾਨ ਹੋ, ਪਾਣੀ ਬਚਾਉਣ ਦੇ ਲਈ ਵੱਖ ਵੱਖ ਕਿਸਾਨ ਜਥੇਬੰਦੀਆਂ ਵੀ ਅੱਗੇ ਆਈਆਂ ਅਤੇ ਇਹ ਵੀ ਕਹਿ ਰਹੇ ਨੇ ਕਿ ਪਾਣੀ ਨੂੰ ਬਚਾਉਣ ਦੇ ਲਈ ਜੋ ਪਿੰਡਾਂ ਦੇ ਵਿੱਚ ਉਪਰਾਲੇ ਕੀਤੇ ਜਾਣਗੇ, ਪਰ ਸਰਕਾਰ ਪਾਣੀ ਨੂੰ ਕਿੱਦਾਂ ਬਚਾਏਗੀ? ਕਾਫੀ ਸੂਬੇ ਇਹੋ ਜਿਹੇ ਨੇ ਜਿੱਥੇ ਪਾਣੀ ਜੋ ਹੈ ਉਹ ਬਿਲਕੁਲ ਪੀਣ ਲਾਇਕ ਨਹੀਂ ਰਿਹਾ, ਤਾਂ ਪਾਣੀ ਨੂੰ ਬਚਾਉਣ ਦੇ ਲਈ ਸਰਕਾਰ ਕੀ ਕੁਝ ਕਰ ਸਕਦੀ ਹੈ? ਦੂਜੇ ਪਾਸੇ ਰੌਲਾ ਹਰਿਆਣੇ ਨਾਲ ਵੀ ਪੈ ਰਿਹਾ। ਇਹ ਤਾਂ ਜੀ ਦੇਖੋ ਆਮ ਜੀ ਗੱਲ ਹੁੰਦੀ ਹੈ, ਕਹਿੰਦੇ ਜਿੱਥੇ ਦੋ ਭਾਂਡੇ ਹੋਣਗੇ ਉਹ ਖੜਕਣਗੇ। ਇਹ ਤਾਂ ਖੜਕਣਗੇ ਜੀ, ਇਹਨਾਂ ਨੇ ਤਾਂ ਪਹਿਲਾਂ ਹੀ ਖੜਕਾਤੇ ਸੀ। ਇਹ ਕਿਵੇਂ ਖੜਕਾਤੇ ਸੀ? SYL ਨਹਿਰ ਇਹਨਾਂ ਨੇ ਕਹਿੰਦੇ ਜੀ ਕੱਢੀ ਨਹੀਂ, ਅਸੀਂ ਰੋਕਤੀ। ਮੈਂ ਦੱਸਦਾ ਵੀ ਕਿੱਥੋਂ ਜਾ ਕੇ ਪਾਣੀ ਰਲਦਾ ਪੰਜਾਬ ਦਾ, SYL ਦੇ ਵਿੱਚ ਹੀ ਡਿੱਗਦਾ। ਉਹੀ ਨਹਿਰ ਨੂੰ ਇਹਨਾਂ ਨੇ ਪਿੱਛੇ ਜੇ ਇੱਕ ਬਹਾਨਾ ਲਾਇਆ, ਕਹਿੰਦੇ ਜੀ ਜਿਹੜਾ ਥੱਲੜਾ ਬੈੱਡ ਆ ਉਹ ਉੱਪਰ ਉੱਠ ਗਿਆ, ਉੱਥੇ 5-5, 6-6 ਫੁੱਟ ਰੇਤ ਆ ਗਿਆ। ਥੱਲੜਾ ਬੈੱਡ ਇੱਦਾਂ ਹੁੰਦੀ ਹੈ ਨਹਿਰ, ਆਹ ਬੈੱਡ ਭਰ ਗਿਆ, ਇਹਨੂੰ ਕਹਿੰਦੇ 5-5 ਫੁੱਟ ਚੌੜੀ ਕਰਨਾ। 5-5 ਫੁੱਟ ਚੌੜੀ ਕਰੇ ਤੋਂ ਕਿੰਨਾ ਪਾਣੀ, ਉਹ 5 ਫੁੱਟ ਨਹੀਂ ਚੌੜਾ ਹੋਇਆ, ਉਹ 70-80 ਫੁੱਟ ਚੌੜਾ ਹੋ ਗਿਆ ਪੂਰਾ। ਉਹ 70-80 ਫੁੱਟ ਦੇ ਨਾਲ ਪਾਣੀ ਦੀ ਦਰ ਜਿਹੜੀ ਪਹਿਲਾਂ ਜਾਂਦੀ ਸੀ ਉਹ ਵਧੀ ਆ, ਵੱਧ ਜਾਂਦਾ ਪਾਰ ਨੂੰ। ਦੂਜੀ ਗੱਲ ਇਹ ਕਹਿੰਦੇ ਜੀ ਪਾਣੀ ਕਿਸਾਨ ਵੱਧ ਲਾਉਂਦੇ ਆ, ਠੀਕ ਹੈ ਜੀ ਕਿਸਾਨਾਂ ਦੇ ਵਿੱਚ ਕਸੂਰ ਕੱਢਤਾ, ਮੈਂ ਕੱਢਦਾ ਕਸੂਰ। ਸਾਡੇ ਮੇਰਾ ਬਠਿੰਡਾ ਏਰੀਆ ਅਤੇ ਲਾਗੇ ਫੈਕਟਰੀ ਆ BCL, ਉਸ ਨੂੰ ਇਹਨਾਂ ਨੇ ਸਪੈਸ਼ਲ ਇੱਕ ਸੂਆ ਜਿਹੜਾ ਹੁੰਦਾ ਕੱਸੀ ਹੁੰਦੀ ਆ ਉਹਦਾ ਪਾਣੀ ਕਿਸਾਨਾਂ ਦੇ ਖੇਤਾਂ ਨੂੰ ਜਾਂਦਾ ਅਤੇ ਉਹਨੂੰ ਇੱਕ ਸਪੈਸ਼ਲ ਪਾਈਪਲਾਈਨ ਪਾ ਕੇ ਦਿੱਤੀ ਆ। ਉੱਥੇ ਉਹਨਾਂ ਨੇ ਗਾਹਾਂ ਸੂਏ ਦੇ ਨਾਲ ਹੀ ਕੱਸੀ ਦੇ ਨਾਲ ਇੱਕ ਬਾਂਹ ਲੈ ਕੇ ਅਤੇ ਉੱਥੇ ਇੱਕ ਮੋਟਰ ਸਿਸਟਮ ਲਾਇਆ ਜਿਹਦੇ ਨਾਲ ਉਹ ਪਾਣੀ ਨਹਿਰੀ ਪਾਣੀ ਜਿਹੜਾ ਉਹ ਫੈਕਟਰੀ ਦੇ ਵਿੱਚ ਜਾ ਰਿਹਾ ਸ਼ਰਾਬ ਵਾਲੀ ਦੇ ਵਿੱਚ, ਉਹਦੇ 'ਤੇ ਰੋਕ ਕਿਉਂ ਨਹੀਂ? ਉਹ ਜਿਹੜੀਆਂ ਫੈਕਟਰੀਆਂ ਵਾਧੂ ਪਾਣੀ ਲਿਜਾ ਰਹੀਆਂ ਉਹਨਾਂ 'ਤੇ ਰੋਕ ਕਿਉਂ ਨਹੀਂ? ਸਭ ਤੋਂ ਵੱਡਾ ਮੁੱਦਾ ਤਾਂ ਇਹ ਹੈ ਨਾ, ਕਿਸਾਨ ਕਸੂਰਵਾਰ ਹੈਗੇ ਆ, ਕਿਸਾਨ ਆਟੋਮੈਟਿਕਲੀ ਕਸੂਰਵਾਰ ਆ। ਤੁਸੀਂ ਉਹਨਾਂ ਨੂੰ ਪਾਣੀ ਨਹੀਂ ਪੂਰਾ ਕਰ ਰਹੇ, ਨਹਿਰ ਦਾ ਪਾਣੀ ਨਹੀਂ ਪੂਰਾ ਕਰ ਰਹੇ, ਤਾਂ ਉਹ ਕਿੱਥੋਂ ਲੈਣਗੇ? ਉਹਨਾਂ ਨੂੰ ਫਿਰ ਇਹ ਕਹਿੰਦੇ ਜੀ ਝੋਨਾ ਲਾਉਣਾ ਬੰਦ, ਝੋਨਾ ਲਾਉਣਾ ਅੱਜ ਹੀ ਬੰਦ ਕਰਦੇ ਹਾਂ, ਸਾਨੂੰ ਸਾਰੀਆਂ ਫਸਲਾਂ 'ਤੇ MSP ਦੇ ਦਿਉ। ਬਦਲ ਚਾਹੁੰਦੇ ਹਾਂ ਅਸੀਂ ਵੀ, ਅਸੀਂ ਵੀ ਨਹੀਂ ਚਾਹੁੰਦੇ ਵੀ ਸਾਡੇ ਜਵਾਕ ਆਉਣ ਵਾਲੇ ਮਰ ਜਾਣ। ਮੇਰਾ ਕੱਲ੍ਹ ਨੂੰ ਜਵਾਕ, ਮੇਰੇ ਮਾਂ ਪਿਓ ਸੋਚਦਾ ਵੀ ਮੇਰਾ ਪੁੱਤ ਜਿਹੜਾ ਉਹ ਬੈਠਾ TV 'ਤੇ ਵੀ ਇਹ ਮੁੰਡਾ ਚਾਹੀ ਜਿਹੜਾ ਮੇਰਾ ਪੁੱਤ ਤੁਰਿਆ ਫਿਰਦਾ, ਇਹ ਮੇਰਾ ਮੁੰਡਾ ਅੱਜ ਦੇ ਟਾਈਮ ਦੇ ਵਿੱਚ ਪਾਣੀ ਦੀ ਕਿੱਲਤ ਨਾਲ ਮਰੇ ਨਾ, ਮੇਰਾ ਪਰਿਵਾਰ ਵੀ ਇਹ ਸੋਚਦਾ। ਪਰ ਗੁਰਸਿਮਰਨ ਜੀ ਇੱਕ ਸਵਾਲ ਵਿੱਚ ਆਉਂਦਾ ਹੈ ਕਿ ਪਿੰਡਾਂ ਵਿੱਚ ਹੀ ਬਹੁਤ ਸਾਰੀਆਂ ਲੋਕ ਜੋ ਨੇ, ਬਹੁਤ ਸਾਰੀ ਇੰਡਸਟਰੀ ਆ ਉਹ ਪਿੰਡਾਂ 'ਚ ਆ ਰਹੀ ਹੈ, ਉਹ ਜ਼ਮੀਨਾਂ ਕਿਉਂ ਵੇਚੀਆਂ ਜਾਂਦੀਆਂ ਨੇ, ਕਿਉਂ ਫੈਕਟਰੀਆਂ ਲਾਉਣ ਦਿੱਤੀਆਂ ਜਾਂਦੀਆਂ ਨੇ ਜਦੋਂ ਪਤਾ ਹੈ ਕਿ ਜ਼ਮੀਨ ਦਾ ਘਾਣ ਹੋਣਾ, ਪਾਣੀ ਦਾ ਘਾਣ ਹੋਣਾ ਔਰ ਨੁਕਸਾਨ ਆਪਣੇ ਲੋਕਾਂ ਦਾ ਹੀ ਹੋਣਾ? ਬਹੁਤ ਸੋਹਣਾ ਕੁਐਸਚਨ ਆ ਬਾਈ, ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿਸੇ ਨੇ ਪੁੱਛਿਆ ਹੋਊਗਾ, ਨਾ ਹੀ ਪੁੱਛੇ। ਇਹਦਾ ਜਵਾਬ ਵੀ ਬੜਾ ਸਪਸ਼ਟ ਆ, ਪੰਜਾਬ ਦਾ ਜਿਹੜਾ ਹਾਲਤ ਆ ਜਿਹੜੀ ਜਿਨ੍ਹਾਂ ਨੂੰ ਅਸੀਂ ਬਿਆਨ ਕਰਦੇ ਹਾਂ ਉਹ ਮੈਂ ਜੇ ਬਿਆਨ ਕਰਾਂ ਤਾਂ ਬਹੁਤ ਖਸਤਾ। ਖਸਤਾ ਕਿਉਂ ਕਹਿਣਾ? ਕਿਉਂਕਿ ਪੰਜਾਬ ਆ ਇੱਕ ਖੇਤੀਬਾੜੀ 'ਤੇ ਡਿਪੈਂਡ, 60% ਸਾਡਾ ਹਿੱਸਾ ਖੇਤੀਬਾੜੀ ਤੋਂ ਆਉਂਦਾ, 70% ਸੋਰੀ। ਇਹਨਾਂ ਨੇ ਚੱਕ ਕੇ ਉਹ ਲੈਂਡ ਨੂੰ ਕਮਰਸ਼ੀਅਲ ਕਰਤਾ। ਮੈਨੂੰ ਦੱਸੋ ਬਾਈ ਜੀ, ਕਮਾਈ ਸਭ ਤੋਂ ਵੱਧ ਖੇਤੀ ਦੀ ਜੇ ਕਿਸੇ ਸੂਬੇ ਨੂੰ ਸੀਗੀ, ਪੰਜਾਬ ਨੂੰ ਸੀਗੀ, ਤੁਸੀਂ ਪੰਜਾਬ ਦੀ ਖੇਤੀ ਨੂੰ ਚੱਕ ਕੇ ਕਮਰਸ਼ੀਅਲ ਕਰ ਰਹੇ ਹੋ, ਠੀਕ ਆ। ਲੋਕਾਂ ਨੂੰ ਤੁਸੀਂ ਕਹਿ ਰਹੇ ਹੋ ਵੀ ਇੱਥੇ ਫੈਕਟਰੀਆਂ ਲੱਗਣਗੀਆਂ, ਇਹੀ ਉਹ ਜ਼ਮੀਨਾਂ ਤੁਸੀਂ ਅਕਵਾਇਰ ਕਰੀ ਜਾ ਰਹੇ ਹੋ। ਹਾਲਾਂਕਿ ਹੋਰ ਸੂਬੇ ਨੇ ਇਹ ਕਹਿੰਦੇ ਇੰਡਸਟਰੀਅਲਾਈਜੇਸ਼ਨ ਸਿਸਟਮ ਲਿਆਓ, ਅਸੀਂ ਸਵਾਗਤ ਕਰਦੇ ਹਾਂ। ਇੰਡਸਟਰੀਅਲਾਈਜੇਸ਼ਨ ਸਿਸਟਮ ਲਿਆਉਣਾ ਤਾਂ ਖੇਤੀਬਾੜੀ 'ਚ ਲਿਆਓ, ਖੇਤੀਬਾੜੀ ਦੇ ਨਾਲ ਹੀ ਸੰਬੰਧਿਤ ਲਿਆਓ, ਪੰਜਾਬ ਦੇ ਵਿੱਚ ਲਿਆਉਣਾ ਤਾਂ ਜੀ, ਕਿਉਂਕਿ 60% ਪੰਜਾਬ ਦੇ, 70% ਪੰਜਾਬ ਦੇ ਰਿਹਾ ਸਾਰੇ ਪੰਜਾਬ ਦੇਸ਼ ਨੂੰ ਖਾਣ ਨੂੰ। ਹੁਣ ਤਾਂ ਬਾਹਰ ਵੀ ਜਿਹੜਾ ਜਾਂਦਾ ਉਹ ਪੰਜਾਬ ਦਾ ਜਾਂਦਾ ਸਭ ਤੋਂ ਵੱਧ। ਜੇ ਤੁਸੀਂ ਉਹੀ ਖਤਮ ਕਰਤਾ ਤਾਂ ਝੋਨਾ, ਤੁਸੀਂ ਜੇ ਕਣਕ ਦੀ ਗੱਲ ਕਰਾਂ ਤੁਸੀਂ ਖੇਤਾਂ ਗਮਲਿਆਂ 'ਚ ਬੀਜ ਲਿਆ ਕਰੋਗੇ ਕਿ ਛੱਤ 'ਤੇ ਲੱਗ ਜਾਇਆ ਕਰੂਗੀ? ਇਹ ਵੀ ਸਵਾਲ ਪੁੱਛਣ ਲਾਇਕ ਨੇ ਇਹਨਾਂ ਨੂੰ। ਇਹਨਾਂ ਨੂੰ ਪੁੱਛੋ ਵੀ ਉਹ ਕਿਉਂ ਇੰਡਸਟਰੀਅਲਾਈਜੇਸ਼ਨ ਸਿਸਟਮ ਸਾਡਾ ਪੰਜਾਬ ਕਿਉਂ ਕਰ ਰਹੇ ਹੋ, ਕਮਰਸ਼ੀਅਲ ਲੈਂਡ ਕਿਉਂ ਕਰ ਰਹੇ ਹੋ, ਸਾਡੀ ਐਗਰੀਕਲਚਰ ਲੈਂਡ ਹੀ ਰਹਿਣ ਦਿਓ, ਸਾਨੂੰ ਉੱਥੇ ਖੇਤੀ ਚਾਹੀਦੀ ਹੈ। ਦੂਜੀ ਗੱਲ ਤੁਸੀਂ ਕਹੀ ਸੀ ਵੀ ਕਿਸਾਨ ਜਿਹੜਾ ਵੇਚ ਕਿਉਂ ਰਿਹਾ, ਕਿਸਾਨ ਦੀ ਜਿਹੜੀ ਮਜਬੂਰੀ ਆ ਬਹੁਤ ਵੱਡੀ ਹੈ ਜੀ, ਸਮਝਦਾ ਕੋਈ ਨਹੀਂ। 2-3 ਕਿੱਲਿਆਂ ਵਾਲੇ ਕਿਸਾਨ ਦੇ ਉੱਤੇ ਕਰਜ਼ਾ ਹੀ ਇੰਨਾ, ਬੈਂਕਾਂ ਨੇ ਹੁਣ ਮਾਨ ਸਰਕਾਰ ਨੇ ਬੜਾ ਵੱਡਾ ਰੂਲ ਕੱਢਤਾ, ਕਹਿੰਦੇ ਜੀ ਵੀ ਤੁਸੀਂ ਜ਼ਮੀਨ ਵੀ ਅਕਵਾਇਰ ਕਰ ਸਕਦੇ ਹੋ, ਬੇਸ਼ੱਕ ਦੀ ਹੁਣ ਸ਼ਾਇਦ ਰੋਕ ਵੀ ਲੱਗ ਗਈ ਦੁਬਾਰਾ ਫਿਰ। ਉਹ ਚੀਜ਼ ਦੇਖਣੀ ਪਊਗੀ ਨਾ, ਕਿਸਾਨ ਨੂੰ ਆਪਣੇ
ਬੱਚੇ ਦੇ ਵਿਆਹ ਕਰਨ ਲਈ ਵੀ ਲੱਖ ਰੁਪਈਆ ਵੀ ਬੈਂਕ ਤੋਂ ਲੈਣਾ ਪੈ ਰਿਹਾ। ਇਹ ਹਾਲਤ ਆ। ਮੈਂ ਸੁਣਿਆ ਜਦੋਂ ਪੁਰਾਣਾ ਪੰਜਾਬ ਸੀ, ਬਾਪੂ ਹੋਣੀ ਦੱਸਦੇ ਹੁੰਦੇ ਆ, ਕਿਤਾਬ 'ਚ ਪੜ੍ਹਿਆ ਮੈਂ, ਇਹਦੇ 'ਚ ਲਿਖਿਆ ਹੋਇਆ ਜਦੋਂ ਪੰਜਾਬ ਉਹਨਾਂ ਟਾਈਮਾਂ ਦੇ ਵਿੱਚ ਸੀਗਾ, ਹਰੀ ਸਿੰਘ ਨਲੂਏ ਦੇ ਹੋਰਾਂ ਦੇ ਜ਼ਮਾਨੇ ਵਿੱਚ ਸੀਗਾ, ਸਰਦਾਰ ਜੀ ਉਸ ਟਾਈਮ 'ਤੇ ਸਿਉਣੇ ਤੋਂ ਵੱਧ ਰੇਟ ਫਸਲ ਦਾ ਹੁੰਦਾ ਸੀ। ਅੱਜ ਸਿਉਣੇ ਦਾ ਭਾਅ ਦੇਖ ਲਓ, 10-20-50-100 ਗੁਣਾ ਵੱਧ ਗਿਆ। ਨੰਬਰ ਦੂਜਾ, ਉਸ ਟਾਈਮ ਜੇ ਆਪਾਂ ਗੱਲ ਕਰ ਲਈਏ, ਜਿਹੜੀਆਂ ਚੀਜ਼ਾਂ ਵਸਤਾਂ ਘਰ ਦੀਆਂ ਆਉਂਦੀਆਂ ਹੁੰਦੀਆਂ ਸੀ, ਉਹ ਇੰਨੀਆਂ ਮਹਿੰਗੀਆਂ ਨਹੀਂ ਹੁੰਦੀਆਂ ਸੀ, ਅਤੇ ਸਰਕਾਰੀ ਨੌਕਰ ਦੀ ਤਨਖਾਹ, ਨੌਕਰੀ ਵਾਲੇ ਦੀ, ਉਹਨਾਂ ਦੀ ਤਨਖਾਹ ਹੁੰਦੀ ਸੀ ਜੇ 100 ਹੁੰਦੀ ਸੀ ਤਾਂ ਉਹ ਵੱਧ ਕੇ ਅੱਜ 50 ਗੁਣਾ ਹੋ ਗਈ ਆ, 100 ਗੁਣਾ ਹੋ ਗਈ ਆ। ਕਿਸਾਨ ਦੀ ਫਸਲ ਦਾ ਰੇਟ ਹਜੇ ਤੀਕਰ 5 ਗੁਣਾ ਨਹੀਂ ਵਧਿਆ, ਤਾਂ ਫਿਰ ਕਿਸਾਨ ਜਿੰਨਾ ਬੋਝ ਤੁਸੀਂ ਸਾਰਾ ਕਿਸਾਨ 'ਤੇ ਕੱਢ ਰਹੇ ਹੋ, ਕਿਉਂ ਨਾ ਵੇਚੇ ਬਈ ਜ਼ਮੀਨ? ਉਹ ਮਰ ਰਿਹਾ, ਉਹ ਦਿਨ ਪਾ ਦਿਨ ਮਰ ਰਿਹਾ, ਉਹਦੇ ਬੱਚੇ ਮਰ ਰਹੇ ਆ, ਰੋਜ਼ਾਨਾ ਫਾਹਾ ਲੱਗ ਜਾਂਦਾ ਪੰਜਾਬ ਦੇ ਵਿੱਚ, ਰੋਜ਼ਾਨਾ ਮੌਤਾਂ ਹੋ ਰਹੀਆਂ ਪੰਜਾਬ ਦੇ ਵਿੱਚ, ਉਹਨਾਂ ਨੂੰ ਕੋਈ ਧਿਆਨ 'ਚ ਨਹੀਂ ਰੱਖਦਾ। ਰੋਜ਼ਾਨਾ ਜਿਹੜਾ ਜਵਾਕ ਪਹਿਲੀ ਤੋਂ ਲੈ ਕੇ, ਬਈ ਇੱਕ ਵਾਰੀ ਮੈਂ ਜ਼ਰੂਰ ਚਾਹੂੰਗਾ ਤੁਸੀਂ ਇੱਕ ਵਾਰੀ ਸਕੂਲ 'ਚ ਜਾਇਓ, ਸਕੂਲ 'ਚ ਜਾ ਕੇ ਪਹਿਲੀ ਤੋਂ ਲੈ ਕੇ 10ਵੀਂ ਤੱਕ ਦੇ ਬੱਚਿਆਂ ਨੂੰ ਸਵਾਲ ਕਰਨਾ, ਸਵਾਲ ਬਦਲਦੇ, ਸਵਾਲ ਸੇਮ ਰੱਖਿਓ, ਆਂਸਰ ਬਦਲਦੇ ਜਾਣਗੇ। ਪਹਿਲੀ ਜਵਾਕ ਵਾਲੇ ਜਵਾਕ ਨੂੰ ਖੜ੍ਹਾ ਕਰਕੇ ਪੁੱਛੇਗਾ ਵੀ ਤੂੰ ਕੀ ਬਣਨਾ? ਮੈਂ ਜੀ ਡਾਕਟਰ ਬਣਨਾ। ਤੂੰ ਕੀ ਬਣਨਾ? ਮੈਂ ਇੰਜੀਨੀਅਰ ਬਣਨਾ। ਉਹਨਾਂ ਨੇ ਨਾਮ ਸ਼ਬਦ ਸੁਣਿਆ, ਇਕੱਲੇ ਇਹ, ਹੋਰ ਕੁਛ ਨਹੀਂ ਸੁਣਿਆ। ਉਹਨਾਂ ਨੂੰ ਪੁੱਛੀ ਕੀ ਬਣਨਾ? ਮੈਂ ਅਫਸਰ ਬਣਨਾ। ਉਹਨਾਂ ਨੂੰ ਪੁੱਛਿਆ ਕੀ ਬਣਨਾ? ਮੈਂ ਜੀ ਜਹਾਜ਼ਾਂ ਦਾ ਡਰਾਈਵਰ ਬਣਨਾ। ਜਵਾਕ ਦਾ ਆਹ ਸਵਾਲ ਜਵਾਬ ਹੁੰਦਾ। ਦਸਵੀਂ ਵਾਲੇ ਨੂੰ ਪੁੱਛ ਲਈ, ਯਾਰ ਮੈਂ ਤਾਂ ਫੌਜ ਦੀ ਭਰਤੀ ਦੇਖਣੀ ਆ। ਮੈਨੂੰ ਰੋਣ ਆਉਂਦਾ ਵੀ ਉਹ ਸਵਾਲ, ਉਹ ਆਪਦੇ ਉਸੇ ਹੀ ਹਾਲਤ ਦੇ ਉੱਤੇ ਕਿਉਂ ਨਹੀਂ ਅੜੇ ਰਹੇ ਵੀ ਅਸੀਂ ਆਹ ਕੁਛ ਕਰਨਾ? ਕਿਉਂ? ਉਹਨਾਂ ਨੂੰ ਪਰਿਵਾਰ ਦੇ ਹਾਲਤ ਦਿੰਦੀ ਹੈ। ਜੇ ਬੱਚੇ ਨੇ ਐਡਮਿਸ਼ਨ ਲੈਣੀ ਆ MBBS ਦੇ ਵਿੱਚ, MBBS ਦੇ ਵਿੱਚ ਅੱਜ 60-60 ਲੱਖ ਡੋਨੇਸ਼ਨ ਦੇ ਕੇ ਫੇਰ ਜਾ ਕੇ ਜੋ ਐਡਮਿਸ਼ਨ ਹੁੰਦੀ ਆ, ਫੀਸਾਂ ਅਲੱਗ ਪਈਆਂ। ਜੇ ਬੱਚੇ ਨੇ ਇੰਜੀਨੀਅਰ ਬਣਨਾ, ਕਿੰਨੀਆਂ ਫੀਸਾਂ ਜਾ ਰਹੀਆਂ। ਇਹੀ ਕਾਰਨ ਸੀ ਵੀ ਯੂਕਰੇਨ 'ਚੋਂ ਫਿਰ ਆ ਕੇ ਉਹਨਾਂ ਨੂੰ ਕੋਈ ਰਾਹ ਨਹੀਂ ਮਿਲਿਆ ਚੰਗੀ ਤਰ੍ਹਾਂ। ਯੂਕਰੇਨ ਜਾਣਾ ਪੈਂਦਾ ਸੀ, ਪੰਜਾਬ ਦੇ ਕਿੰਨੇ ਸਾਰੇ ਸਟੂਡੈਂਟ ਉੱਥੇ ਫਸੇ। ਮੈਂ ਤੁਹਾਨੂੰ ਦੱਸਦਾ ਬਾਈ ਜੀ, ਜਦੋਂ ਅਸੀਂ ਟਿੱਕਰੀ ਬਾਰਡਰ 'ਤੇ ਸੀਗੇ ਨਾ, ਸਾਡੇ ਨਾਲ ਇੱਕ ਮੁੰਡਾ ਹੁੰਦਾ ਸੀ ਡਾਕਟਰ ਸੁਖਮਨਦੀਪ ਢਿੱਲੋਂ, ਮੇਰਾ ਵੱਡਾ ਭਰਾ, ਸਾਡੀ ਟੀਮ ਦੇ ਵਿੱਚ ਹੀ ਹੁੰਦਾ ਸੀ। ਯੂਕਰੇਨ ਤੋਂ ਪੜ੍ਹ ਕੇ ਆਇਆ ਡਾਕਟਰ ਆ ਉਹ, ਉਹਨੇ ਇੱਥੇ ਵੀ ਐਗਜ਼ਾਮ ਕਰੈਕ ਕੀਤਾ, ਇਸ ਟਾਈਮ ਜੋਬ 'ਤੇ ਆ। ਪੰਜਾਬ ਦੇ ਜਿੰਨੇ ਪਰਸੈਂਟ ਡਾਕਟਰਾਂ ਨਾਲ ਵੀ ਗੱਲ ਹੁੰਦੀ ਸੀ, ਜਿੰਨੇ ਵੀ ਉੱਥੇ ਜਾਂਦੇ ਸੀ ਹੈਲਪਿੰਗ ਏਡ ਦੇਣ, ਉਹਨਾਂ ਨਾਲ ਗੱਲ ਕਰਦੇ ਸੀ ਕੀ ਕਰਨਾ? ਬਸ ਜੀ ਮੇਰਾ ਹੋ ਗਿਆ, ਮੈਂ MBBS ਕਰ ਲਈ, ਮੈਂ ਬਾਹਰ ਚੱਲਿਆ, ਮੈਂ MBBS ਕਰ ਲਈ, ਮੈਂ ਬਾਹਰ ਚੱਲਿਆ। ਯਾਰ ਤੁਸੀਂ ਪੰਜਾਬ ਦਾ ਬ੍ਰੇਨ ਡਰੇਨ ਕਰਵਾ ਰਹੇ ਹੋ, ਖੁਦ ਕਰਵਾ ਰਹੇ ਹੋ। ਇਹ ਕੌਣ ਕਰਵਾ ਰਿਹਾ? ਖੁਦ ਕਰਵਾ ਰਹੇ ਨੇ। ਪੰਜਾਬ ਦੇ ਵਿੱਚ ਐਜੂਕੇਸ਼ਨ ਸਿਸਟਮ ਦਾ ਬੇੜਾ ਗਰਕ ਕਰ ਰਹੇ ਨੇ, ਖੁਦ ਕਰ ਰਹੇ ਨੇ। ਪੰਜਾਬ ਦੇ ਵਿੱਚ ਇਸ ਟਾਈਮ ਸਭ ਤੋਂ ਵੱਧ ਜੇ ਕੋਈ ਚੀਜ਼, ਸਭ ਤੋਂ ਵੱਧ ਜੇ ਕੋਈ ਚੀਜ਼ ਘਾਟੇ ਦੇ ਵਿੱਚ ਜਾ ਰਹੀ ਹੈ ਤਾਂ ਉਹ ਪੜ੍ਹਾਈ ਵਾਲਾ ਸਿਸਟਮ ਜਾ ਰਿਹਾ। ਪੜ੍ਹਾਈ ਵਾਲੇ ਸਿਸਟਮ ਦੇ ਨਾਲ ਨਾਲ ਘਰ ਘਾਟੇ ਦੇ ਵਿੱਚ ਜਾ ਰਿਹਾ। ਇੱਕ ਜਵਾਕ ਪੜ੍ਹ ਜੇ, ਕਹਿੰਦੇ ਹੁੰਦੇ ਸਾਰਾ ਪਰਿਵਾਰ, ਸਾਰਾ ਲਾਣਾ ਪੜ੍ਹ ਜਾਂਦਾ, ਅਤੇ ਇੱਥੇ ਹਰੇਕ ਜਵਾਕ ਅਨਪੜ੍ਹ ਅਤੇ ਹਰੇਕ ਲਾਣਾ, ਹਰੇਕ ਪਰਿਵਾਰ ਆ ਅਨਪੜ੍ਹ ਆ। ਕੋਈ ਪੰਜਾਬ ਦੇ ਸਰਕਾਰੀ ਸਕੂਲਾਂ 'ਚੋਂ ਇਸ ਟਾਈਮ IAS IPS ਅਫਸਰ ਕਿਉਂ ਨਹੀਂ ਨਿਕਲਦਾ? ਸਵਾਲ ਕਰਨ ਵਾਲੇ ਨੇ ਇਹ, ਪਰ ਸਾਡੇ ਰਾਜਨੇਤਾਵਾਂ ਨੇ ਸਵਾਲ ਕੀ ਕਰਵਾਤੇ ਜੀ? ਅੱਜ ਲੀਡਰ ਫੜਿਆ ਗਿਆ ਅਤੇ ਉਹਨਾਂ ਦਾ ਕੀ ਹੋਊਗਾ ਅੱਗੇ? ਯਾਰ ਸਾਨੂੰ ਪੰਜਾਬ ਨੂੰ ਜੇ ਚਾਹੀਦਾ ਤੁਸੀਂ ਕਮਾਈ ਦਾ ਸਾਧਨ ਦਿਓ, ਜੇ ਸਾਨੂੰ ਚਾਹੀਦਾ ਤੁਸੀਂ ਸਾਨੂੰ ਇਹ ਦੱਸੋ ਵੀ ਅਸੀਂ ਕੀ ਕਰ ਸਕਦੇ ਹਾਂ। ਬ੍ਰੇਨ ਡਰੇਨ ਤੋਂ ਬਚਾਓ। ਉਹ ਲੋਕ, ਉਹ ਕੰਟਰੀਆਂ ਕਿਉਂ ਤਰੱਕੀ ਕਰਦੀਆਂ? ਕਿਉਂਕਿ ਉਹਨਾਂ ਕੋਲ ਬ੍ਰੇਨ ਪਾਵਰ ਆ, ਜਿਹੜੀ ਤੁਹਾਡੀ ਟੌਪ ਕਲਾਸ ਬ੍ਰੇਨ ਪਾਵਰ ਆ, ਉਹ ਸਾਰੀ ਬਾਹਰ ਬੈਠੀ ਹੈ। ਅੱਛਾ, ਮੁੱਖ ਮੰਤਰੀ ਸਾਹਿਬ ਨੇ ਦਾਅਵਾ ਕੀਤਾ ਸੀ ਜਿੱਦਾਂ ਹੀ ਸੱਤਾ 'ਚ ਆਏ ਕਿ ਜਿਹੜੇ ਬਾਹਰ ਗਏ ਹੋਏ ਨੇ ਆਪਾਂ ਉਹ ਵੀ ਮੋੜ ਲਿਆਉਣੇ ਆ, ਪਰ ਜੋ ਜ਼ਮੀਨੀ ਹਕੀਕਤ ਉਹ ਕੀ ਕਹਿੰਦੀ ਹੈ? ਜ਼ਮੀਨੀ ਹਕੀਕਤ ਇਹ ਆ ਬਾਈ ਜੀ, ਮੇਰੇ ਸਾਡੇ ਨੇੜੇ ਨਾ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਹੈ, ਅਤੇ ਬੱਚੇ ਦੀ ਐਡਮਿਸ਼ਨ ਕਰਵਾਉਣ ਗਏ ਮੈਂ, ਮੇਰੀ ਭੈਣ ਅਤੇ ਮੇਰੀ ਭਾਣਜੀ ਲੱਗਦੀ ਆ, ਅਸੀਂ ਉੱਥੇ ਗਏ। ਸਾਡੇ ਦੋਨਾਂ ਦੀ ਪੜ੍ਹਾਈ ਅਸੀਂ ਸਾਨੂੰ, ਕਿਉਂਕਿ ਜਿਹੜਾ ਟੀਚਰ ਉੱਥੇ ਲੱਗਿਆ ਹੋਇਆ ਉਹ ਸਾਨੂੰ ਇਸ ਕਰਕੇ ਜਾਣਦਾ ਕਿਉਂਕਿ ਉਹਨਾਂ ਦੀ ਘਰ ਵਾਲੀ ਸਾਨੂੰ ਟੀਚ ਕਰਦੀ ਹੁੰਦੀ, ਸਾਡੇ ਸਕੂਲ 'ਚ ਟੀਚਰ ਸੀਗੀ। ਉਹਨਾਂ ਨੂੰ ਜਦੋਂ ਮਿਲੇ ਉਹ ਕਹਿੰਦੇ ਬੱਚੇ ਤੁਹਾਡੀ ਪੜ੍ਹਾਈ ਬਹੁਤ ਵਧੀਆ, ਤੁਸੀਂ ਦੋਨਾਂ ਨੇ ਐਡਮਿਸ਼ਨ ਲੈਣੀ ਮੈਨੂੰ? ਕਹਿੰਦੇ ਮੈਨੂੰ ਅਤੇ ਮੇਰੀ ਭੈਣ ਨੂੰ। ਮੇਰੀ ਭੈਣ ਦੀ MBBS ਕੀਤੀ ਆ, ਮੈਂ BTECH ਕਰੀ ਜਾਂਦਾ। ਜਦੋਂ ਗੱਲਬਾਤ ਚੱਲੀ ਮੈਂ ਕਿਹਾ ਜੀ ਨਹੀਂ ਅਸੀਂ ਨਹੀਂ ਲੈਣੀ, ਆਹ ਬੱਚੇ ਨੇ ਲੈਣੀ। ਕਹਿੰਦੇ ਇਹਦੀ ਤਾਂ ਉਮਰ ਹੀ ਨਹੀਂ ਲੱਗਦੀ, ਕਿਉਂਕਿ ਬੱਚੇ ਦਬੇ ਕੁਚਲੇ ਜੇ ਨੇ ਅੱਜ ਕੱਲ੍ਹ, ਪਤਲੇ ਦੁਬਲੇ ਜੇ। ਮੈਂ ਵੀ ਕੋਈ ਐਡਾ ਵਾਲਾ ਮੋਟਾ ਨਹੀਂ ਹੈਗਾ, ਪਰ ਇਹ ਜੀ ਹਾਲਾਤ ਸਾਡੇ ਪੰਜਾਬ ਦੀ ਹੈ। ਅਤੇ ਜਦੋਂ ਉਹ ਗੱਲ ਚੱਲਦੀ ਗਈ, ਉਹ ਕਹਿੰਦਾ ਵੀ ਐਡਮਿਸ਼ਨ ਤੁਹਾਨੂੰ ਹੋ ਗਈ ਤੁਹਾਡੀ। ਮੈਂ ਅੱਗੇ ਸੋਚੀ ਜਾਵਾਂ ਯਾਰ, ਅੱਗੇ ਨਾ ਬੜਾ ਕਾਲਜ ਦੇ ਵਿੱਚ ਐਡਮਿਸ਼ਨ ਲੈਣ ਨੂੰ ਲਾਈਨਾਂ ਲੱਗੀਆਂ ਹੁੰਦੀਆਂ ਸੀ, ਉੱਥੇ ਖੜ੍ਹ ਕੇ ਇੰਟਰਵਿਊ ਹੁੰਦੀ ਸੀ, ਫਿਰ ਉਹਨਾਂ ਨੂੰ ਐਗਜ਼ਾਮ ਆਪਣੇ ਪੇਪਰ ਚੈੱਕ ਕਰਵਾਉਂਦੇ ਹੁੰਦੇ, ਫਿਰ ਜਾ ਕੇ ਕਿਤੇ ਕਾਉਂਸਲਿੰਗ 'ਚੋਂ ਕਲੀਅਰ ਹੁੰਦੇ ਸੀ। ਕੋਈ ਉਹ ਹੀ ਨਹੀਂ, ਜਿੱਦਾਂ ਬੱਚੇ ਨੇ ਸਾਡੀ, ਮੇਰੀ ਭਾਣ ਜੀ ਨੇ ਕਲਾਸ ਜੁਆਇਨ ਕੀਤੀ, ਮੈਂ ਪੁੱਛਿਆ ਕਿੰਨੇ ਜਵਾਕ ਸੀ, ਕਹਿੰਦੇ 2 ਸੀ। ਆਹ ਹਾਲਤ ਸਰਕਾਰੀ ਕਾਲਜਾਂ ਅਤੇ ਸਕੂਲਾਂ ਦੀ ਹੈ।
BCA ਦੇ ਵਿੱਚ ਤਿੰਨ ਜਵਾਕ ਨੇ ਉੱਥੇ। ਸੋ ਤੁਸੀਂ ਹੁਣ ਦੇਖ ਲਓ ਹਰ ਇੱਕ ਸਾਲ 10% ਦੇ ਨਾਲ ਆਬਾਦੀ ਜ਼ਰੂਰ ਵੱਧ ਰਹੀ ਹੈ, ਉਹ ਆਬਾਦੀ ਜਾ ਕਿੱਧਰ ਰਹੀ ਹੈ, ਪੜ੍ਹਾਈ ਕਿੱਥੋਂ ਹੋ ਰਹੀ ਹੈ, ਕਿੱਧਰ ਪੜ੍ਹ ਰਹੇ ਨੇ, ਕਿੱਥੇ ਜਾ ਰਹੇ ਨੇ, ਉਹਨਾਂ ਨੂੰ ਪੜ੍ਹਾਈ ਦੇ ਵੱਲ ਕਿਉਂ ਨਹੀਂ ਉਤਸ਼ਾਹਿਤ ਕੀਤਾ ਜਾ ਰਿਹਾ, ਕਿਉਂ ਇੱਕ ਚੰਗਾ ਇਨਸਾਨ ਜਿਹੜਾ ਸੋਚਦਾ ਆਪਦਾ ਸੁਪਨਾ ਨਹੀਂ ਪੂਰਾ ਕਰ ਪਾਉਂਦਾ। ਸੋਚਣ ਵਾਲੀਆਂ ਇਹ ਗੱਲਾਂ ਨੇ, ਸੋਚਣ ਵਾਲੀਆਂ ਇਹ ਵੀ ਗੱਲਾਂ ਨੇ ਪੰਜਾਬ ਦੇ ਵਿੱਚ ਇਸ ਟਾਈਮ ਜੋ ਹੋ ਰਿਹਾ ਉਹਦਾ ਜ਼ਿੰਮੇਵਾਰ ਕੌਣ, ਉਹਦੇ ਜ਼ਿੰਮੇਵਾਰ ਲੋਕ ਵੀ ਨੇ, ਉਹਦੇ ਜ਼ਿੰਮੇਵਾਰ ਅਸੀਂ ਵੀ ਹਾਂ, ਉਹਦੇ ਜ਼ਿੰਮੇਵਾਰ ਸਭ ਤੋਂ ਵੱਡੇ ਜੇ ਕੋਈ ਹੈਗੇ ਆ ਮੈਂ ਸਮਝਦਾ ਉਹ ਰਾਜਨੇਤਾ ਨੇ, ਸਾਡੀਆਂ ਸਰਕਾਰਾਂ ਨੇ, ਸਾਡੀ ਡਰਟੀ ਪੋਲੀਟਿਕਸ ਹੈ, ਇਹ ਸੋਚਣ ਵਾਲੀਆਂ ਗੱਲਾਂ। ਸੋ ਇਹ ਤਾਂ ਹੋਏ ਉਹ ਮੁੱਦੇ ਜੋ ਹੁਣ ਤੱਕ ਪੰਜਾਬ ਸਰਕਾਰ ਡਿਸਕਸ ਕਰ ਰਹੀ ਸੀ। ਹੁਣ ਇੱਕ ਮੁੱਦਾ ਕੱਲ੍ਹ ਉੱਠਿਆ ਜੀ, ਸੁਖਪਾਲ ਖਹਿਰਾ ਇੱਕ ਪ੍ਰੈਸ ਕਾਨਫਰੰਸ ਸੱਦਦੇ ਨੇ ਔਰ ਮੀਡੀਆ ਵਾਲੇ ਬਾਈਕਾਟ ਕਰ ਦਿੰਦੇ ਨੇ ਔਰ ਇਲਜ਼ਾਮ ਇਹ ਲੱਗ ਰਿਹਾ ਹੁਣ ਮੀਡੀਆ ਦੇ ਉੱਪਰ ਕਿ ਆਜ਼ਾਦ ਨਹੀਂ ਰਹਿ ਗਿਆ ਮੀਡੀਆ ਪੰਜਾਬ ਦੇ ਵਿੱਚ ਵੀ। ਜੋ ਹਾਲ ਕਦੇ ਦਿੱਲੀ ਦੇ ਬਾਰਡਰਾਂ 'ਤੇ ਜੋ ਬਾਹਰਲੇ ਚੈਨਲ ਸੀ, ਨੈਸ਼ਨਲ ਚੈਨਲ 'ਤੇ ਚੱਲਣ ਵਾਲੇ ਸੀਗੇ, ਨੈਸ਼ਨਲ ਟੀ ਵੀ 'ਤੇ ਚੱਲਣ ਵਾਲੇ ਚੈਨਲ ਸੀ, ਉਹੀ ਹਾਲ ਹੁਣ ਪੰਜਾਬ ਦੇ ਵਿੱਚ ਮੀਡੀਆ ਦਾ ਹੋ ਰਿਹਾ। ਮੈਸੇਜ ਪੈ ਜਾਂਦਾ ਹੈ ਕਿ ਟਾਈਟਲ ਵੀ ਹੁਣ ਡਿਸਾਈਡ ਸਰਕਾਰ ਵੱਲੋਂ ਕੀਤਾ ਜਾਂਦਾ ਹੈ। ਕਿਸ ਪ੍ਰਕਾਰ ਦੇਖਦੇ ਹੋ ਮੀਡੀਆ ਦੀ ਆਜ਼ਾਦੀ 'ਤੇ ਸਵਾਲ ਉੱਠ ਰਹੇ ਨੇ? ਬਾਈ ਮੈਨੂੰ ਨਾ ਆਪਦੀ ਗੱਲ ਕਰਦੇ ਨੂੰ ਮੇਰੇ ਰੋਂ ਕੰਡੇ ਖੜੇ ਹੋਈ ਜਾਂਦੇ ਆ ਵਾਰ ਵਾਰ, ਅਤੇ ਮੈਂ ਡਰੀ ਜੇ ਜਾਂਦਾ ਪਤਾ ਨਹੀਂ ਕਿਉਂ ਬੈਠਾ ਹੁਣ ਇਸ ਟਾਈਮ ਆ ਜਿਹੜੀ ਇਸ ਟਾਈਮ ਦੀ ਪੋਲੀਟਿਕਸ ਮੈਂ ਦੱਸਦਾ ਕਿਉਂ। ਮੈਨੂੰ ਇਹ ਆ ਜਿੱਦਾਂ ਮੀਡੀਆ ਰੋਕਦਾ ਕਿਤੇ ਮੈਨੂੰ ਨਾ ਪਿੰਡ ਜਾਂਦੇ ਨੂੰ ਚੱਕ ਲੈਣ ਵੀ ਇਹ ਬਾਹਲਾ ਬੋਲਦਾ, ਆਹ ਚੀਜ਼ਾਂ ਤੋਂ ਡਰ ਬਹੁਤ ਲੱਗਦਾ ਬਾਈ। ਮਿਡਲ ਫੈਮਿਲੀ ਹੈ। ਦੂਜੀ ਗੱਲ ਜੇ ਮੈਂ ਇਹਨਾਂ ਦੀ ਕਰਾਂ, ਜਿਹੜੇ ਮੈਂ ਪੱਤਰਕਾਰਾਂ ਨੂੰ ਛੱਡ ਕੇ ਮੈਂ ਇਹਨਾਂ ਦੇ ਚੈਨਲਾਂ ਦੇ ਓਨਰਾਂ ਨਾਲ ਸਿੱਧੀ ਗੱਲ ਕਰ ਰਿਹਾ ਹੁਣ, ਮੈਨੂੰ ਇੱਕ ਗੱਲ ਸਾਰਿਆਂ 'ਚੋਂ ਇੱਕ ਵੀ ਬੰਦਾ ਜਵਾਬ ਦੇ ਦੇ, ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਕਿਸੇ ਨੂੰ ਗਲਤ ਨਹੀਂ ਕਹਿੰਦਾ, ਮੈਨੂੰ ਇੱਕ ਬੰਦਾ ਜਵਾਬ ਦੇ ਦਿਓ, ਤੁਸੀਂ ਸਾਡੀ ਆਜ਼ਾਦੀ ਹੋ, ਤੁਹਾਡੇ ਕਰਕੇ ਅਸੀਂ ਅੰਦੋਲਨ ਜਿੱਤਿਆ, ਮੈਨੂੰ ਇੱਕ ਗੱਲ ਦਾ ਜਵਾਬ ਦਿਓ ਵੀਰ ਬਣ ਕੇ। ਜਦੋਂ ਨੈਸ਼ਨਲ ਇਸ਼ੂ ਸੀ ਉਦੋਂ ਤੁਸੀਂ ਸਾਡੀ ਮਦਦ ਕੀਤੀ, ਮੈਂ ਉਹਦੇ ਲਈ ਤੁਹਾਡਾ ਧੰਨਵਾਦ ਕਰਦਾ, ਪਰ ਜਦੋਂ ਹੁਣ ਸਾਡੇ ਪੰਜਾਬ ਦੇ ਇਸ਼ੂ ਨੇ ਤੁਸੀਂ ਕਿਉਂ ਨਹੀਂ ਚੱਕਦੇ, ਕਿਉਂ ਨਹੀਂ ਹਰ ਇੱਕ ਬੰਦੇ ਨੂੰ ਬੋਲਣ ਦੀ ਆਜ਼ਾਦੀ ਹੈਗੀ, ਕਿਉਂ ਮੈਂ ਬੈਠਾ ਇੱਥੇ ਡਰੀ ਜਾਂਦਾ ਕਿ ਇਸ ਤੋਂ ਮੈਨੂੰ ਆਜ਼ਾਦ ਕਰੋਗੇ, ਕਿ ਤੁਸੀਂ ਹਰ ਇੱਕ ਸਵਾਲ ਮੈਨੂੰ ਫ੍ਰੀ 'ਚ ਪੁੱਛਣ ਦਾ ਮੌਕਾ ਦਿਓਗੇ, ਕਿ ਤੁਸੀਂ ਮੈਨੂੰ ਹਰ ਇੱਕ ਸਵਾਲ ਪੁੱਛਣ ਦਾ ਅਧਿਕਾਰ ਦਿਓਗੇ, ਮੈਂ ਸਰਕਾਰ ਨੂੰ ਸਿੱਧੇ ਸਵਾਲ ਕਰ ਸਕਦਾ? ਦੂਜੀ ਗੱਲ, ਆਜ਼ਾਦੀ ਮੀਡੀਆ ਦੀ ਜੇ ਨਹੀਂ ਆ ਤਾਂ ਉਹ ਦੇਸ਼ ਆਜ਼ਾਦ ਨਹੀਂ ਆ। ਇੱਕ ਬਹੁਤ ਵੱਡਾ ਇੰਗਲਿਸ਼ ਰਾਈਟਰ ਸੀ, ਉਹਨੇ ਲਿਖਿਆ ਸੀ ਮੀਡੀਆ ਇੱਕ ਇਹੋ ਜਿਹੀ ਪਾਵਰ ਆ ਜਿਹੜਾ ਇੱਕ ਥੰਮ ਨੂੰ ਇੰਨਾ ਡਬਲ ਕਰ ਦਿੰਦਾ, ਉਹਦੇ ਵਿੱਚ ਸਾਰੀ ਦੁਨੀਆ ਸਮਾ ਜਾਂਦੀ ਹੈ, ਅਤੇ ਉਹ ਕੋਈ ਜਿਹਾ ਵੀ ਸਵਾਲ ਪੁੱਛ ਕੇ ਮੰਤਰੀਆਂ ਮੁੱਖ ਮੰਤਰੀਆਂ ਨੂੰ ਜੇਲ੍ਹ ਵੀ ਕਰਵਾ ਸਕਦਾ। ਇਹ ਹੋਇਆ, ਸੋਰੀ ਟੂ ਸੇ ਦੈਟ, ਇਹ ਹੋਇਆ ਬਾਹਰਲੇ ਦੇਸ਼ਾਂ 'ਚ, ਮੈਂ ਕਿਸੇ ਕੰਟਰੀ ਦਾ ਨਾਮ ਨਹੀਂ ਲੈਂਦਾ, ਸਾਰਿਆਂ ਨੂੰ ਪਤਾ 2 ਉਹਨਾਂ ਦੇ ਪ੍ਰਧਾਨ ਮੰਤਰੀ ਜੇਲ੍ਹ 'ਚ ਨੇ ਅਤੇ 3 ਜਾਣ ਦੀ ਤਿਆਰੀ 'ਚ ਹੈ। ਇਹੀ ਹਾਲਤ ਬਾਹਰਲੇ ਦੇਸ਼ਾਂ 'ਚ ਹੈ, ਕਿਸੇ ਦਾ ਪ੍ਰਧਾਨ ਮੰਤਰੀ, ਕਿਸੇ ਦਾ ਰਾਸ਼ਟਰਪਤੀ, ਕਿਸੇ ਦਾ MP, ਕਿਸੇ ਦਾ MLA ਉਹ ਜੇਲ੍ਹਾਂ 'ਚ ਨੇ, ਅਤੇ ਸਾਡੇ ਵਾਲੇ ਨੂੰ ਕੋਈ ਸਵਾਲ ਕਰਕੇ ਦੇਖੇ ਪਿੰਡ ਦੇ MC ਨੂੰ ਚਾਹੇ ਸਰਪੰਚ ਨੂੰ, ਨਾ ਸਾਰਾ ਪਰਿਵਾਰ ਚੱਕ ਲੈਣ, ਤਾਂ ਉਹ ਆਜ਼ਾਦੀ ਕਦੋਂ ਮਿਲੂ ਸਾਨੂੰ? ਤੁਸੀਂ ਜਿੰਨੀ ਫਰੀਡਮ ਦੇ ਨਾਲ ਆਪਾਂ ਗੱਲ ਕਰ ਰਹੇ ਹਾਂ, ਉੰਨੀ ਫਰੀਡਮ ਦੇ ਨਾਲ ਤੁਸੀਂ ਸਵਾਲ ਕਿੱਦਾਂ ਸਟਾਰਟ ਕਰੋਗੇ? ਪੱਤਰਕਾਰਾਂ ਨੂੰ ਮੈਂ ਇੱਕ ਗੱਲ ਕਰਦਾ ਤਾਂ ਤੁਸੀਂ ਇਹਦਾ ਜਵਾਬ ਜ਼ਰੂਰ ਦਿਓ। ਜਿੱਦੇ ਤੁਸੀਂ ਇਹ ਗੱਲਾਂ ਸਟਾਰਟ ਕੀਤੀਆਂ, ਧਰਮ ਨਾਲ ਮੈਂ ਵਾਅਦਾ ਕਰਦਾ ਤੁਹਾਡੇ ਨਾਲ ਸਾਡਾ ਦੇਸ਼ ਜਿਹੜੀ ਤਰੱਕੀ ਦੀ ਰਾਹ 'ਤੇ ਜਿਹੜੀ ਰਫ਼ਤਾਰ ਫੜੂਗਾ ਉਹ ਤੁਹਾਡੇ ਵੀ ਦੇਖਣ ਲਾਇਕ ਹੋਊਗੀ, ਅਤੇ ਤੁਹਾਡੇ ਲਈ ਹਮੇਸ਼ਾ ਹੀ ਸਿਰ ਝੁਕਦਾ ਰਹੂਗਾ ਜੇ ਤੁਸੀਂ ਇਹ ਮੌਕਾ ਆਪਦੇ ਹੱਥੀਂ ਲਓਗੇ। ਗੁਰਸਿਮਰਨ ਜੀ, ਆਖਰੀ ਸਵਾਲ ਹੈ, ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਅਗਲੇ 5 'ਚ ਪੰਜਾਬ ਨੂੰ ਕਿੱਥੇ ਦੇਖਦੇ? ਮੌਜੂਦਾ ਸਥਿਤੀ ਦੇ ਨਾਲ ਮੈਨੂੰ ਤਾਂ ਇਹ ਲੱਗਦਾ ਬਾਈ ਪੰਜਾਬ ਦੇ ਸਕੂਲ ਅਤੇ ਕਾਲਜ ਬੰਦ ਹੋਣਗੇ ਜੇ ਇਹੀ ਹਾਲਤ ਰਿਹਾ। ਜੇ ਇਹੀ ਹਾਲਤ ਰਿਹਾ ਨਾ ਲੋਕ ਲੜਨਗੇ, ਜੇ ਇਹੀ ਹਾਲਤ ਰਿਹਾ ਨਾ ਤਾਂ ਉਹ ਦਿਨ ਦੂਰ ਨਹੀਂ ਵੀ ਐਮਰਜੈਂਸੀਆਂ ਵੀ ਲਗਾਉਣਗੇ ਇਹ ਲੋਕ। ਜੇ ਤੁਸੀਂ ਪੰਜਾਬ ਬਦਲਾਉਣਾ, ਜੇ ਤੁਸੀਂ ਪੰਜਾਬ ਦਾ ਬਦਲਾਵ ਚਾਹੁੰਦੇ ਹੋ, ਜੇ ਤੁਸੀਂ ਚਾਹੁੰਦੇ ਹੋ ਪੰਜਾਬ ਸੱਚੀ ਕਰਾਹੇ ਤੋਂ ਰਾਹੇ ਪਵੇ, ਸਭ ਤੋਂ ਪਹਿਲਾਂ ਚਿੱਟਾ ਬੰਦ ਕਰ, ਸਭ ਤੋਂ ਪਹਿਲਾਂ ਨਸ਼ਾ ਬੰਦ ਕਰੋ। ਜਿੰਨੇ ਤੁਹਾਡੇ ਲੀਡਰ ਨੇ ਦਾਰੂ ਦੀਆਂ ਫੈਕਟਰੀਆਂ ਲਾਈ, MP, MLA, ਮੰਤਰੀ, A to Z ਸਾਰਿਆਂ ਦੇ ਪਰਚੇ ਖੋਲੋ, ਸਾਰਿਆਂ ਦੀਆਂ ਇਨਵੈਸਟੀਗੇਸ਼ਨਾਂ ਕਰੋ। ਦਾਰੂ ਤਾਂ ਸਹੀ ਬਣਾ ਰਹੇ ਆ, ਜੇ ਤੁਸੀਂ ਦਾਰੂ 'ਚੋਂ ਸਭ ਤੋਂ ਵੱਧ ਪੈਸਾ ਲੈ ਰਹੇ ਹੋ, ਲੋਕਾਂ ਦੀ ਸਿਹਤ ਵੱਲ ਧਿਆਨ ਰੱਖੋ। ਜੇ ਤੁਸੀਂ ਕੋਈ ਵੀ ਚੀਜ਼ ਪੰਜਾਬ ਦੇ ਵਿੱਚ ਆ ਵੀ ਰਹੀ ਆ, ਉਹ ਕਿੱਥੋਂ ਆ ਰਹੀ ਆ, ਉਹਦੀ ਧੁਰਾ ਲੱਭ ਲਓ। ਜੇ ਤੁਸੀਂ ਵੀ ਉਸ ਧੁਰੇ ਦੇ ਹਿੱਸੇਦਾਰ ਹਾਂ ਤਾਂ ਲੋਕਾਂ ਨੂੰ ਕਹਿ ਦਿਓ ਵੀ ਤੁਸੀਂ ਡਾਂਗਾ ਚੱਕ ਲਓ, ਲੋਕ ਆਪੇ ਬੰਦ ਕਰਵਾ ਲੈਣਗੇ। ਆਜ਼ਾਦੀ ਦਿਓ, ਪੁਲਿਸ ਨੂੰ ਆਜ਼ਾਦੀ ਦੇ ਦਿਓ, ਮੀਡੀਆ ਨੂੰ ਆਜ਼ਾਦੀ ਦੇ ਦਿਓ, ਚਾਹੇ ਲੋਕਾਂ ਨੂੰ ਆਜ਼ਾਦੀ ਦੇ ਦਿਓ, ਤਿੰਨਾਂ 'ਚੋਂ ਤੁਹਾਡੇ 'ਚ ਚੁਆਇਸ ਹੈ।
ਗੱਲ ਆਜ਼ਾਦੀ ਦੀ ਹੈ ਜੀ। ਸੋ ਗੁਰਸਿਮਰਨ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ। ਬਹੁਤ ਬਹੁਤ ਧੰਨਵਾਦ ਬਾਈ ਜੀ। ਸੋ ਕਿਵੇਂ ਲੱਗਾ ਤੁਹਾਨੂੰ ਅੱਜ ਦਾ ਸਾਡਾ ਖਾਸ ਪ੍ਰੋਗਰਾਮ ਹੌਟ ਲਾਈਨਸ? ਕਾਫੀ ਗੁੱਝੇ ਮੁੱਦਿਆਂ ਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ। ਕਾਫੀ ਜ਼ਿਆਦਾ ਜੋ ਰਾਜਨੀਤੀ ਦੇ ਵਿੱਚ ਅੱਜ ਕੱਲ੍ਹ ਹੋ ਰਿਹਾ ਹੈ, ਸਰਕਾਰ ਦੇ ਵਿੱਚ ਹੋ ਰਿਹਾ ਹੈ ਅਤੇ ਪ੍ਰਭਾਵ ਲੋਕਾਂ 'ਤੇ ਪੈ ਰਿਹਾ ਹੈ, ਕੀ ਪ੍ਰਭਾਵ ਨੌਜਵਾਨੀ 'ਤੇ, ਬਚਪਨ 'ਤੇ ਔਰ ਬਾਕੀ ਮੁੱਦਿਆਂ 'ਤੇ ਪੈ ਰਿਹਾ ਹੈ, ਇਹਦੇ ਬਾਰੇ ਗੱਲਬਾਤ ਕੀਤੀ ਹੈ। ਸੋ ਇਸ ਸੰਬੰਧੀ ਤੁਹਾਡੀ ਕੋਈ ਵੀ ਰਾਏ ਤੁਸੀਂ ਸਾਨੂੰ ਜ਼ਰੂਰ ਦੱਸਣਾ ਔਰ ਦੇਸ਼ ਅਤੇ ਦੁਨੀਆ ਨਾਲ ਜੁੜੀਆਂ ਹਰ ਪ੍ਰਕਾਰ ਦੀਆਂ ਅਪਡੇਟਸ ਲਈ ਬਣੇ ਰਹਿਣਾ ਸਾਡੇ ਨਾਲ ਔਰ ਦੇਖਦੇ ਰਹਿਣਾ ਵਾਇਸ ਆਫ ਪੰਜਾਬ ਟੀ ਵੀ। ਸਤਿ ਸ਼੍ਰੀ ਅਕਾਲ।